ਹallelujah ਜੈ ਉਸਦੀ ਪਰਮੇਸ਼ਰ ਉਹ ਗੋਡ ਬlesਸ ਯੂ ਅੱਜ ਦੇ ਐਸ ਐਤਵਾਰ ਨੂੰ ਪਰਮੇਸ਼ਰ ਤੁਹਾਨੂੰ ਸਭ ਨੂੰ ਬਹੁਤ ਬਰਕਤ ਦੇਵੇ ਤੇ ਜਿੱਥੇ ਤਰਾ ਸਾਰੇ ਨੂੰ ਪਤਾ ਹੈਗਾ ਪ੍ਰਭ ਦੇ ਪਰਮ ਕਿ ਦਸੰਬਰ ਦਾ ਮਹੀਨਾ ਚੜ੍ਹ ਚੁੱਕਿਆ ਆ ਸੋ ਇਹ ਪਰਮੇਸ਼ਰ ਨੂੰ ਮਹਿਮਾ ਦੇਣ ਦਾ ਸਮਾਂ ਆ ਪਰਮੇਸ਼ਰ ਦੀ ਵਡਿਆਈ ਕਰਨ ਦਾ ਸਮਾਂ ਆ ਉਹਨੂੰ ਸਾਰੀ ਗਲੋਰੀ ਸਾਰੀ ਇਜ਼ਤ ਸਾਰਾ ਮਾਨ ਦੇਣ ਦਾ ਸਮਾਂ ਆ ਪ੍ਰਭ ਦੇ ਪਰਮ ਉਹਨੂੰ ਸੜਾਈ ਕੁਝ ਪੈਨ ਪ੍ਰੋਗਰਾਮ ਨਹੀਂ ਪਾਸ ਹੋ ਜੀ ਸਾਡੇ ਵਾਸਤੇ ਤਾਂ ਮੁਸ਼ਕਲ ਦਾ ਸਮਾਂ ਚੱਲ ਰਿਹਾ ਹੈਗਾ ਯਾਰ ਸਾਡੇ ਵਾਸਤੇ ਤਾਂ ਤਕਲੀਫ ਦਾ ਸਮਾਂ ਚੱਲ ਰਿਹਾ ਹੈਗਾ ਜਾਂ ਨਹੀਂ ਪ੍ਰਭੂ ਤੇ ਪਰੋਂ ਇਹ ਮੁਸ਼ਕਲ ਦਾ ਸਮਾਂ ਨਹੀਂ ਆ ਇਹ ਰਬੂ ਮਹਿਮਾ ਦੇਣ ਦਾ ਸਮਾਂ ਹੈ। ਜੀ ਤੁਸੀਂ ਕਹੋ ਪਾਸ ਜੀ ਸਾਡੇ ਵਾਸਤੇ ਤਾਂ ਬਿਮਾਰੀ ਦਾ ਸਮਾਂ ਚੱਲ ਰਿਹਾ ਹੈਗਾ ਜਾਂ ਨੌ ਭੈਣੋਂ ਪਰੋ ਇਹ ਪਰਮੇਸ਼ਰ ਨੂੰ ਮਹਿਮਾ ਦੇਣ ਦਾ ਸਮਾਂ ਹੈ। ਪਾਸ ਜੀ ਸਾਡੇ ਵਾਸਤੇ ਤਾਂ ਤੰਗੀ ਦਾ ਸਮਾਂ ਚੱਲ ਰਿਹਾ ਹੈਗਾ ਜਾਂ ਕੰਮ ਨਹੀਂ ਗੇ ਕਮੀਆਂ ਆ ਰਹੀਆਂ ਨੇ ਪੈਸੇ 'ਚ ਕੰਮਾਂ ਦੇ ਵਿੱਚ ਨਹੀਂ ਪਰੋ ਦੇ ਪਰੋਂ ਇਹ ਪਰਮੇਸ਼ਰ ਨੂੰ ਮਹਿਮਾ ਦੇਣ ਦਾ ਸਮਾਂ ਹੈ। ਅਮਨ। ਇਹ ਦਸੰਬਰ ਦਾ ਮਹੀਨਾ ਪਰਬਉਤੇ ਪੜੋ ਸਾਰੀ ਦੁਨੀਆ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਦਿਨ ਮਨਾਉਂਦੇ ਨੇ ਚਾਹੇ ਬਾਈਬਲ ਦੇ ਵਿੱਚ ਨਹੀਂ ਦੱਸਿਆ ਗਿਆ ਕਿ ਪ੍ਰਭੂ ਯਿਸੂ ਮਸੀਹ ਦਾ ਜਨਮ 25 ਦਸੰਬਰ ਨੂੰ ਹੋਇਆ ਸੀ ਕਈ ਕਹਿੰਦੇ ਨੇ ਸ਼ਾਇਦ ਮਾਰਚ ਅਪ੍ਰੈਲ ਨੂੰ ਹੋਇਆ ਸੀ ਕਈ ਕਹਿੰਦੇ ਨੇ ਸ਼ਾਇਦ ਸਾਲ ਦੇ ਮਿਡਲ ਛੋਇਆ ਸੀ ਪਰਬਉਤੇ ਪਰੋ ਮੇਨ ਤਾਂ ਇਹ ਗੱਲ ਹੈ ਕਿ ਹੋਇਆ ਸੀ ਆਮਨ ਸਾਡੀ ਦਾਦੀ ਦਾ ਵੀ ਪਤਾ ਨਹੀਂ ਸੀਗਾ ਕਿਲੇ ਦਿਨ ਜਨਮਦਾਰ ਹੋਇਆ ਸੀਗਾ ਵਰਤਰੇ ਹੋਇਆ ਸੀ ਜਨਮ ਹੋਇਆ ਸੀ ਲੇਕਿਨ ਅਸੀਂ ਤਕਰੀਬਨ ਆਈਂ ਮਨਾ ਲਿਆ ਸੀਗਾ ਵੀ ਇੱਕ ਦਿਨ ਲਖ ਲੈਨੇ ਆ ਵੀ ਚਲੋ ਜਿਸ ਦਿਨ ਉਹਨਾਂ ਦਾ ਜਨਮ ਦਿਨ ਜਰਾ ਮਨਾਇਆ ਜਾਵੇਗਾ ਸੋ ਉਸੇ ਤਰ੍ਹਾਂ ਕੈਨੋ ਦੇ ਪ੍ਰਭੂ ਦੇ ਪਨੋ ਧੰਨਵਾਦ ਕਰਦੇ ਹੈਗੇ ਪਰਮੇਸ਼ਰ ਦਾ ਕਿ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਇਸ ਦੁਨੀਆ ਵਿੱਚ ਭੇਜਿਆ ਤੇ ਪ੍ਰਭੂ ਯੂਸਮਸੀਜੀ ਇਸ ਦੁਨੀਆ ਦੇ ਵਿੱਚ ਆਏ ਇਨਸਾਨ ਦਾ ਰੂਪ ਧਾਰ ਕੇ ਅਪਣੇ ਮੁਕਤੀ ਦਾਤਾ ਆਪਣੇ ਸੱਚੇ ਆਪਣੇ ਪਰਮੇਸ਼ੁਰ ਆਪਣੇ ਹੀਲਰ ਆਪਾਂ ਨੂੰ ਬਚਾਉਣ ਦੇ ਵਾਸਤੇ ਆਪਾਂ ਨੂੰ ਹੀਲ ਕਰਨ ਦੇ ਵਾਸਤੇ ਸੱਚੇ ਪਰਮੇਸ਼ੁਰ ਪ੍ਰਭੂ ਯਿਸੂ ਮਸੀਹ ਇਹ ਦੁਨੀਆ ਵਿੱਚ ਆਏ ਤੇ ਪਰਮੇਸ਼ੁਰ ਨੇ ਟਾਈਮ ਹੀ ਗਿਆ ਹੈ ਇਹ ਰੱਬ ਨੂੰ ਮਹਿਮਾ ਦੇਣ ਦਾ ਸਮਾਂ ਆ ਹਿਮੇ ਆਪਣੀਆਂ ਅੱਖਾਂ ਆਪਣੀਆਂ ਕਮਜ਼ੋਰੀਆਂ ਦਾ ਐਲਾਨ ਤੇ ਸਮਾਂ ਨਹੀਂ ਗਿਆ ਆਪਣੀਆਂ ਅੱਖਾਂ ਆਪਣੀਆਂ ਪ੍ਰੋਬਲਮਸ ਤੇ ਐਲਾਨ ਦਾ ਸਮਾਂ ਨਹੀਂ ਗਿਆ ਆਪਣੀਆਂ ਅੱਖਾਂ ਆਪਣੀਆਂ ਕਮੀਆਂ ਤੇ ਲਾਣ ਦਾ ਸਮਾਂ ਨੀਗਾ ਇਹ ਆਪਣੀਆਂ ਅੱਖਾਂ ਪਰਬਤ ਪਰੋਂ ਸੱਚੇ ਪਰਮਾਤਮਾ ਪ੍ਰੋ ਯੂਸੂ ਮਸੀਹ ਜੀ ਤੇ ਲਾ ਕੇ ਉਹਨੂੰ ਸਾਰੀ ਮਹਿਮਾ ਦੇਣ ਦਾ ਉਹਨੂੰ ਸਾਰੀ ਇੱਜ਼ਤ ਦੇਣ ਦਾ ਉਹਨੂੰ ਸਾਰਾ ਮਾਣ ਦੇਣ ਦਾ ਸਮਾਂ ਆ ਇਹ ਇੰਜੋਏ ਕਰਨ ਦਾ ਸਮਾਂ ਆ ਕਿ ਮੁਕਤੀ ਦਾਤਾ ਇਸ ਦੁਨੀਆ ਵਿੱਚ ਆਇਆ ਕਿ ਪਰਮੇਸ਼ਰ ਪਿਤਾ ਨੇ ਜਗਤ ਦੇ ਨਾਲ ਤੇ ਸਾਡੇ ਨਾਲ ਇੰਨਾ ਪਿਆਰ ਕੀਤਾ ਕਿ ਆਪਣੇ ਇੱਕ ਲਾਤਾ ਪੁੱਤਰ ਕੁਰਬਾਨ ਕਰ ਦਿੱਤਾ ਤਾਂ ਕਿ ਜਿਹੜਾ ਕੋਈ ਵੀ ਉਹ ਇਸ ਵਿਸ਼ਵਾਸ ਕਰੇ ਨਾਸ਼ ਨਾ ਹੋਵੇ ਬਲਕਿ ਹਮੇਸ਼ਾ ਦਾ ਜੀਵਨ ਪ੍ਰਾਪਤ ਕਰੇ ਅਮਨ ਪ੍ਰਭੂ ਦੇ ਪਰਮਿਸ਼ਰ ਦੇ ਬਚਨ ਵਿੱਚ ਜਾਵਾਂਗੇ ਸਦਾ ਆਜਾ ਆਪਾਂ ਜ਼ਕਰਯਾਹ ਦੀ ਜ਼ਿੰਦਗੀ ਦੇ ਵਿੱਚ ਚਿਤਾਂਦੇ ਵਗੇ ਹੂੰ ਜਿਸ ਤਰ੍ਹਾਂ ਪਰਮਾਤਮਾ ਕਿ ਸਾਂਟ ਲੂਕਾ ਦੀ ਕਿਤਾਬ ਦੇ ਵਿੱਚ ਪਹਿਲੇ ਚੈਪਟਰ ਦੇ ਵਿੱਚ ਜ਼ਕਰਯਾਹ ਦੇ ਬਾਰੇ ਲਿਖਿਆ ਜੋ ਆਪਾਂਗੇ ਜ਼ਕਰਯਾਹ ਜਹਨਾ ਦਾ ਜਿਹੜਾ ਬੈਪਟਿਸਮ ਦੇਣ ਵਾਲਾ ਜਹਨਾ ਸੀਗਾ ਉਹਦਾ ਪਿਤਾ ਸੀਗਾ ਜਕਰਾਏ ਇਕਵਲ ਮੰਦਰ ਦੇ ਵਿੱਚ ਜਾਂਦਾ ਆ ਤੇ ਉੱਥੇ ਰਬੋ ਦਿਨ ਨਾਲ ਗੱਲ ਕਰਦਾ ਆ ਤੇ ਗਾਂ ਜਾ ਕੇ ਪ੍ਰਭੂ ਕਹਿੰলো ਯਿਸੂ ਮਸੀਹ ਜੀ ਤੋਂ ਪਹਿਲਾਂ ਜਹਨਾ ਪਾਣੀ ਚ ਬਪਟਿਸਮਾ ਦੇਣ ਵਾਲਾ ਪੈਦਾ ਹੁੰਦਾ ਆ ਤੇ ਪਰਮੇਸ਼ਰ ਨੇ ਆ ਕੇ ਅਸੀਗਾ ਇਹੇ ਬੱਚਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਵਾਸਤੇ ਰਾਹ ਤਿਆਰ ਕਰੇਗਾ ਹੁਣ ਯਾਨੀ ਕਿ ਕ੍ਰਿਸਮਸ ਆ ਰਹੀ ਆ ਅੱਜ ਦਾ ਸੁਨੇਹਾ ਸਦਾ ਦਿਲਚਾਰ ਕਰੇ ਕਿਉਂਕਿ ਜਹਨਾ ਨੇ ਆ ਕੇ ਲੋਕਾਂ ਦੇ ਦਿਲਾਂ ਨੂੰ ਤਿਆਰ ਕਰਤਾ ਸੀ ਜਹਨਾ ਨੇ ਆ ਕੇ ਪ੍ਰਚਾਰ ਕਰਕੇ ਲੋਕਾਂ ਦੇ ਦਿਲ ਜਿਹੜੇ ਸੀਗੇ ਉਹ ਤੋਬਾ ਦੇ ਵਿੱਚ ਆ ਗਏ ਸੀਗੇ ਰਿਪੈਂਟੈਂਸ ਵਿੱਚ ਆ ਗਏ ਸੀਗੇ ਮਾਫੀ ਦੇ ਵਿੱਚ ਆ ਗਏ ਸੀਗੇ ਤੇ ਉਹਨਾਂ ਨੇ ਮਾਫੀ ਮੰਗ ਕੇ ਰਿਪੈਂਟ ਕਰਕੇ ਪਾਣੀ ਦੇ ਬਪਟਿਸਮੇ ਲਏ ਸੀ ਤੇ ਪਾਣੀ ਦੇ ਬਪਟਿਸਮੇ ਲੰਦੇ ਗਏ ਲੰਦੇ ਗਏ ਲੰਦੇ ਗਏ ਤੇ ਜਦੋਂ ਪ੍ਰਭੂ ਯਿਸੂ مسیਚ ਪ੍ਰਗਟ ਹੋ ਗਏ ਸੀ ਇਮਾਨ ਸੋ ਯਹਨਾ ਨੇ ਪ੍ਰਭੂ ਯਿਸੂ ਮਸੀਹ ਜੀ ਦੇ ਵਾਸਤੇ ਰਾਹ ਤਿਆਰ ਕਰਨਾ ਸੀ। ਤੇ ਯਹਨਾ ਪੈਦਾ ਹੋਣ ਤੋਂ ਪਹਿਲਾਂ ਪਰਮੇਸ਼ਰ ਜ਼ਕਰਾਇਆ ਯਹਨਾ ਦੇ ਪਿਤਾ ਦੇ ਨਾਲ ਗੱਲਬਾਤ ਕਰਦੇ ਹੈਗੇ ਰੇ ਇੱਕ ਬੜੇ ਅਨੋਖੇ ਤਰੀਕੇ ਦੇ ਨਾਲ। ਜ਼ਕਰਾਇਆ ਕਿ ਉਹਦੀ ਮਿਸਿਸ ਜਾਨੀ ਕਿ ਉਹਦੀ ਵਾਈਫ ਜਿਹੜੀ ਸੀ ਜਕਰਾਇਆ ਦੀ ਲਿਜ਼ਰਵੇਟ ਇਹ ਬਜ਼ੁਰਗ ਹੋ ਗਈ ਸੀਗੇ। ਇਹ ਇਹਨਾਂ ਦੇ ਕੋਈ ਔਲਾਦ ਹੈ ਨਹੀਂ ਸੀਗੀ ਸੋ ਕਿੰਨੇ ਸਾਲਾਂ ਤੋਂ ਮੈਂ ਵੀ ਪ੍ਰੇ ਕਰਦੇ ਹੋਣੇ ਆ ਕਿ ਪ੍ਰਭੂ ਜੀ ਸਾਨੂੰ ਬਰਕਤ ਦੇ 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 ਆ ਸ਼ਾਇਦ ਜ਼ਖਰਯਾ ਵੀ ਥੱਕ ਗਿਆ ਸੀ ਰੱਬ ਤੋਂ ਮੰਗਦਾ ਮੰਗਦਾ ਤੇ ਉਹਨੂੰ ਐ ਲੱਗਦਾ ਸੀਗਾ ਬਈ ਇਹ ਕਮੀ ਜਿਹੜੀ ਉਹਦੀ ਜ਼ਿੰਦਗੀ ਦੇ ਵਿੱਚ ਆ ਇਹ ਕਮਜ਼ੋਰੀ ਜਿਹੜੀ ਓਰੀ ਜ਼ਿੰਦਗੀ ਦੇ ਵਿੱਚ ਆ ਇਹ ਤਕਲੀਫ ਇਹ ਦਰਦ ਇਹ ਬਿਮਾਰੀ ਜਿਹੜੀ ਓਰੀ ਜ਼ਿੰਦਗੀ ਦੇ ਵਿੱਚ ਆ ਹੁਣ ਇਹ ਬਿਮਾਰੀ ਦੇ ਨਾਲ ਤਾਂ ਕਿੱਥੇ ਹੁਣ ਮੈਂ ਪਰਮੇਸ਼ਰ ਦੀ ਸੇਵਾ ਕਰਾਂਗਾ ਲੇਕਿਨ ਪ੍ਰਬਤ ਪੜਾਉ ਪਰਮੇਸ਼ਰ ਨੇ ਇਹ ਆਈਡੀਓਲੋਜੀ ਇਨਕਾਰ ਕਰ ਦਿੱਤੀ ਕਿ ਜੇ ਕੋਈ ਬੰਦਾ ਬਜ਼ੁਰਗ ਹੋ ਜਾਵੇ ਜੇ ਕੋਈ ਬੰਦੇ ਦੇ ਵਿੱਚ ਕੋਈ ਕਮਜ਼ੋਰੀ ਹੋਵੇ ਜੇ ਕੋਈ ਬੰਦੇ ਦੇ ਵਿੱਚ ਕੋਈ ਪਰੇਸ਼ਾਨੀ ਹੋਵੇ ਤੇ ਉਹ ਪਰਮੇਸ਼ਰ ਦੀ ਵਡਿਆਈ ਨਾ ਕਰ ਸਕਦਾ ਹੋਵੇ ਜੇ ਪਰਮੇਸ਼ਰ ਦੀ ਕਾਲਿੰਗ ਪੂਰੀ ਨਾ ਕਰ ਸਕਦਾ ਹੋਵੇ ਅਮਨ ਇਹਨਾਂ ਨੇ ਉਸ ਸਿਚੁਏਸ਼ਨ ਦੇ ਬਾਵਜੂਦ ਹੀ ਉਹਨਾਂ ਨੇ ਪਰਮੇਸ਼ਰ ਦੀ ਸੇਵਾ ਕੀਤੀ ਤੇ ਪ੍ਰਭੂਸ਼ਰ ਨੂੰ ਮਹਿਮਦ ਕੀਤੀ ਆਓ ਬਾਈਬਲ ਵਿੱਚ ਜਾਵਾਂਗੇ ਸਿੱਧਾ ਪਰਮੇਸ਼ਰ ਦੇ ਬਚਨ ਦੇ ਵਿੱਚ ਸੋ ਪ੍ਰਭੂਤਿਵਾਨੋ ਮੇਰੀ ਅੱਜ ਪ੍ਰਾਰਥਨਾ ਹੈ ਕਿ ਤੁਹਾਡੀ ਕਿ ਕਿਸੇ ਹਾਲਤ ਵਿੱਚ ਵੀ ਕੋਈ ਡੈਫੀਸੈਂਸੀ ਹੋਵੇ ਤੁਹਾਡੇ ਵਿੱਚ ਜਾਂ ਕੋਈ ਵੀ ਵੀਕਨੈਸ ਹੋਵੇ ਕੋਈ ਵੀ ਪ੍ਰੇਸ਼ਾਨੀ ਹੋਵੇ ਕੋਈ ਵੀ ਦਰਦ ਹੋਵੇ ਕੋਈ ਵੀ ਤਕਲੀਫ ਹੋਵੇ ਕੋਈ ਵੀ ਮੁਸ਼ਕਲ ਸਮੇਂ ਵਿੱਚ ਤੁਸੀਂ ਗੁਜ਼ਰ ਰਹੇ ਹੋ ਪ੍ਰਭੂ ਤੇ ਪਰਮਾਤਮਾ ਕੁਝ ਹੋਈ ਨਹੀਂ ਸਕਦਾ ਕਿ ਕੋਈ ਦੁਨੀਆ ਦੀ ਇਹ ਚੀਜ਼ ਤੁਹਾਨੂੰ ਰੋਕ ਸਕੇ ਤਾਂ ਕਿ ਤੁਸੀਂ ਪਰਮੇਸ਼ਰ ਦਾ ਬੁਲਾਵਾ ਆਪਣੀ ਜ਼ਿੰਦਗੀ ਚ ਪੂਰਾ ਨਾ ਕਰ ਸਕੋ ਜਾਂ ਤੁਸੀਂ ਪਰਮੇਸ਼ਰ ਨੂੰ ਮਹਿਮ ਜਰਾਲ ਇੱਜ਼ਤ ਮਾਣ ਨਾ ਦੇ ਸਕੋ ਪ੍ਰਭੂ ਤੇ ਪਰਮਾਤਮਾ ਇਹ ਦੁਨੀਆ ਦੀਆਂ ਤਕਲੀਫਾਂ ਇਹ ਟੈਂਪਰਰੀ ਤਕਲੀਫਾਂ ਇਹ ਸਿਚੁਏਸ਼ਨਸ ਜੋ ਆਉਂਦੀਆਂ ਨੇ ਤੁਹਾਨੂੰ ਰੋਕ ਨਾ ਸਕਣ ਪਿੱਛੇ ਕਾਂਕੇ ਤੁਸੀਂ ਪਰਮੇਸ਼ਰ ਨੂੰ ਮਹਿਮਾਨਾ ਦੇਵੋ ਆਮੇਨ ਇਹ ਰੱਬ ਨੂੰ ਮਹਿਮਾ ਦੇਣ ਦਾ ਸਮਾਂ ਆ ਉਹਨੂੰ ਜਲਾਲ ਦੇਣ ਦਾ ਸਮਾਂ ਆ ਉਹਨੂੰ ਇੱਜ਼ਤ ਦੇਣ ਦਾ ਸਮਾਂ ਆ ਉਹਨੂੰ ਮਾਣ ਦੇਣ ਦਾ ਸਮਾਂ ਆ ਖੁਸ਼ੀਆਂ ਮਨਾਉਣ ਦਾ ਸਮਾਂ ਆ ਗੀਤ ਗਾਉਣ ਦਾ ਸਮਾਂ ਆ ਨੱਚਣ ਦਾ ਸਮਾਂ ਆ ਪ੍ਰਭੂ ਦੇ ਪਰਮੇਸ਼ਰ ਦੀ ਵਡਿਆਈ ਕਰਨ ਦਾ ਸਮਾਂ ਆ ਆਓ ਪਰਮੇਸ਼ਰ ਦੇ ਬਚਨ ਜਿਹਾਵਾਂਗੇ ਤੇ ਪੜਾਂਗੇ ਹਾਲੇਲੂਇਆ ਥਿਸ ਇਜ਼ ਟਾਈਮ ਟੂ ਬlesਸ ਦਾ ਲਾਰਡ ਹਾਲੇਲੂਇਆ ਪਰ ਆ ਕੇ ਪਰਮੇਸ਼ਰ ਦੇ ਬਚਨ ਵਿੱਚੋਂ ਆਓ ਦੇਖੀਏ ਬਰਾਬਰ ਉਹ ਸੰਤ ਲੂਕਾ ਉਹਦਾ ਪਹਿਲਾ ਚੈਪਟਰ ਤੇ ਪੰਜਵੇਂ ਵਰਸ ਲੈ ਕੇ ਸੱਤਵੇਂ ਵਰਸ ਤੱਕ ਆਪਾਂ ਪੜਾਂਗੇ ਕਿ ਪਰਮੇਸ਼ਰ ਦੇ ਬਚਨ ਕੀ ਆਖਦਾ ਹੈ ਆਪਾਂ ਨੂੰ ਪੰਜਾਬੀ ਦੇ ਵਿੱਚ ਹਾਂਜੀ ਆਓ ਸੁਣੀਏ ਉਹਨਾਂ ਦਿਨਾਂ ਵਿੱਚ ਜਦੋਂ ਹੈਰੋਦੇਸ ਯਹੂਦਿਆ ਦੇਸ਼ ਵਿੱਚ ਰਾਜ ਕਰਦਾ ਸੀ ਜਕਰਿਆ ਨਾਂ ਦਾ ਇੱਕ ਪੁਜਾਰੀ ਸੀ ਉਸ ਦਾ ਸੰਬੰਧ ਅਬੀਹਾ ਪ੍ਰੋਤ ਦੇ ਦਲ ਦੇ ਪ੍ਰੋਤਾ ਨਾਲ ਸੀ ਅਤੇ ਉਸ ਦੀ ਪਤਨੀ ਇਲਿਸਬਾ ਪ੍ਰੋਹਿਤ ਹਾਰੂਨ ਦੇ ਕੋਲ ਵਿੱਚੋਂ ਸੀ ਉਹ ਦੋਵੇਂ ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਧਰਮੀ ਅਤੇ ਬੜੇ ਸੱਚਾਈ ਨਾਲ ਉਸ ਦੀਆਂ ਸਾਰੀਆਂ ਆਗਿਆਵਾਂ ਦੀ ਪਾਲਣਾ ਕਰਨ ਵਾਲੇ ਸਨ ਪ੍ਰਭੂ ਇਹ ਦੋਨੋਂ ਮੀਆਂ ਬੀਬੀ ਜਿਹੜੇ ਸੀਗੇ ਇਹ ਐਸੀ ਟ੍ਰਾਈਬ ਦੇ ਵਿੱਚੋਂ ਸੀ ਇਜ਼ਰਾਈਲ ਦੇ ਜਿਹੜੇ ਪ੍ਰੋਹਿਤ ਕਿਹਾਇਆ ਜਾਂਦੇ ਸੀ ਜਿਹੜੇ ਪਰਮੇਸ਼ਰ ਦੀ ਸੇਵਾ ਕਰਨ ਵਾਲੇ ਲੋਕ ਹੁੰਦੇ ਥੇ ਕਿ ਪਰਮੋਤਪਰਨ ਇਹਨਾਂ ਨੇ ਬੜੀ ਇੰਟੈਗ੍ਰਿਟੀ ਦੇ ਨਾਲ ਬੜੇ ਡਿਵੋਸ਼ਨ ਦੇ ਨਾਲ ਆਪਣੇ ਪੂਰੇ ਦਿਲ ਦੇ ਨਾਲ ਪਰਮੇਸ਼ਰ ਦੀ ਮਹਿਮਾ ਕੀਤੀ ਪਰਮੇਸ਼ਰ ਦੀ ਸੇਵਾ ਕੀਤੀ ਪਮਾਉ ਨਾਲ ਵਿੱਚ ਇਹ ਕਮੀ ਸੀ ਲੇਕਿਨ ਫਿਰ ਵੀ ਪਰਮੇਸ਼ਰ ਨੇ ਉਹਨਾਂ ਨੂੰ ਇਸਤੇਮਾਲ ਕੀਤਾ ਆਪਣੀ ਮਹਿਮਾ ਦੇ ਵਾਸਤੇ ਹੈ ਦੇਖੋ ਤੁਸੀਂ ਏ ਥੋੜੀਆਂ ਕਮੀਆਂ ਰੋਕ ਨਹੀਂ ਸਕਦੀਆਂ ਤੁਵਨ ਨੂੰ ਤਾਂ ਕਿ ਤੁਸੀਂ ਪਰਮੇਸ਼ਰ ਦੀ ਮਹਿਮਾ ਨਾ ਕਰ ਸਕੋ ਜੋ ਦੀ ਸੇਵਾ ਨਾ ਕਰ ਸਕੋ ਅਮਨ ਪਰਮੇਸ਼ਰ ਦਾ ਰੂਹ ਪਵਿੱਤਰ ਆਤਮਾ ਜੇਰੀ ਮਰਜ਼ੀ ਕਮੀ ਘਾਟ ਤੁਹਾਡੇ ਵਿੱਚ ਹੋਵੇ ਲੇਕਿਨ ਪਰਮੇਸ਼ਰ ਦੇ ਰੂਹ ਨੇ ਫਿਰ ਵੀ ਤੁਹਾਨੂੰ ਇਸਤੇਮਾਲ ਕਰਨਾ ਚਾਹੇ ਜੇ ਤੁਸੀਂ ਚਾਹੋ ਜੇ ਤੁਸੀਂ ਸਭ ਪ੍ਰਪੂਰ ਦੇਲ ਨਾਲ ਚਾਹੋ ਪਰਾਨੀਅਮ ਦੇ ਵਿੱਚ ਪਹਿਲਾ ਕਰੋਨਿਕਲ ਫਰਸਟ ਕਰੋਨਿਕਲ ਚੈਪਟਰ 24 ਦੇ ਵਿੱਚ ਆਪਾਂ ਦੇਖਾਂਗੇ ਕਿ ਇਹ ਡਿਊਟੀਆਂ ਜਿਹੜੀਆਂ ਸੀਗੀਆਂ ਇਹ ਵੰਡ ਦਿੱਤੀਆਂ ਗਈਆਂ ਸੀਗੀਆਂ ਕੁਝ ਇਹਨਾਂ ਚ ਜਿਹੜੀਆਂ ਡਿਊਟੀਆਂ ਸੀਗੀਆਂ ਉਹ ਦਾਊਦ ਨੇ ਵੰਡੀਆਂ ਸੀਗੀਆਂ ਕੋਚੀ ਡਿਊਟੀਸ ਅੱਗੇ ਜਾ ਕੇ ਅਰੂਣ ਨੇ ਬੰਡੀਆਂ ਸੀਗਾ ਪੁਰਾਣੀ ਪਿਛਲੇ ਸਮੇਂ ਤੋਂ ਹੀ ਲੈ ਕੇ ਵੀ ਇਹਨਾਂ ਨੇ ਫਲਾਣੇ ਫਲਾਣੇ ਸਮੇਂ ਦੇ ਵਿੱਚ ਫਲਾਣੇ ਫਲਾਣੇ ਟ੍ਰਾਈਬ ਨੇ ਜਾਂ ਫਲਾਣੇ ਫਲਾਣੇ ਪਰਿਵਾਰ ਨੇ ਰੱਬ ਦੇ ਘਰ ਵਿੱਚ ਜਾ ਕੇ ਮੰਦਰ ਦੇ ਵਿੱਚ ਜਾ ਕੇ ਸੇਵਾ ਕਰਨੀਆਂ ਜਾਂ ਸਾਰੀਆਂ ਡਿਊਟੀਆਂ ਬੰਡੀਆਂ ਹੋਈਆਂ ਸੀਗੀਆਂ ਪੁਜਿਤ ਦੀਆਂ ਡਿਊਟੀਆਂ ਵੀ ਬੰਡੀਆਂ ਹੋਈਆਂ ਸੀਗੀਆਂ ਪੜਾਂਗੇ ਬਾਈਬਲ ਵਿੱਚੋਂ ਥੋੜਾ ਜਿਹਾ ਤਾਂ ਕਿ ਆਪਾਂ ਨੂੰ ਜਾਣਕਾਰੀ ਪ੍ਰਾਪਤ ਹੋ ਸਕੇ ਇਹਦੇ ਬਾਰੇ ਫਸਟ ਕਰੋਨਿਕਲ ਚੈਪਟਰ 24 ਵਰਸ 3 ਦੇਖਾਂਗੇ ਆਪਾਂ ਪਹਿਲਾਂ ਤੀਸਰਾ ਵਰਸ ਦੇਖਾਂਗੇ ਬਿਮੰਦਰ ਦੇ ਵਿੱਚ ਜਿਹੜੀਆਂ ਡਿਊਟੀਆਂ ਬਣੀਆਂ ਹੋਈਆਂ ਸੀਗੀਆਂ ਜਿਹੜੇ ਵਿੱਚ ਜਿਹੜੇ ਘਰਾਨੇ ਥਾਂ ਹੀ ਦੀ ਗਾਹ ਜਾ ਕੇ ਜ਼ਕਰ ਆਇਆ ਦਾ ਨਾਮ ਨਿਕਲਿਆ ਸੀਗਾ ਉਹ ਦੇਖੀਏ ਪਹਿਲਾ ਇਤਿਹਾਸ ਉਹ ਦਾ 24ਵਾਂ ਹੈ ਰਾਜਾ ਦਾਊਦ ਨੇ ਹਰਨ ਦੇ ਵੰਸ਼ ਦੇ ਲੋਕਾਂ ਨੂੰ ਉਹਨਾਂ ਦੇ ਕੰਮਾਂ ਅਨੁਸਾਰ ਦਲਾਂ ਵਿੱਚ ਵੰਡੇ ਦਿੱਤਾ ਉਸ ਦੀ ਇਸ ਕੰਮ ਦੇ ਵਿੱਚ ਅਲ ਆਜ਼ਾਰ ਦੇ ਵੰਸ਼ ਦੇ ਸਦੋਕ ਤੇ ਇਥਮਰ ਦੇ ਵੰਸ਼ ਅਹੀਂ ਮਲਕ ਨੇ ਮਦਦ ਕੀਤੀ ਸੋ ਇਹ ਤੀਸਰਾ ਵਰਸ ਆਪਾਂ ਪੜਿਆ ਹੈਗਾ ਯਾਰ ਸੋ ਐਸ ਤੀਸਰੇ ਵਰਸ ਦੇ ਵਿੱਚ ਆਪਾਂ ਦੇਖਿਆ ਕਿ ਕਿਸ ਤਰ੍ਹਾਂ ਇਹ ਡਿਊਟੀਆਂ ਵੰਡੇ ਹੋਏ ਸੀ ਹੁਣ ਆਪਾਂ ਦੇਖਾਂਗੇ ਵਰਸ 19 19ਵਾਂ ਵਰਸ ਜੀ ਹਾਂ ਇਹ ਉਹਨਾਂ ਦੀ ਉਪਾਸਨਾ ਦੀਆਂ ਤਰਤੀਬਾਂ ਸਨ ਕਿ ਉਹ ਯਹੋਵਾ ਦੇ ਭਵਨ ਵਿੱਚ ਉਸ ਹੁਕਮਨਾਮੇ ਦੇ ਅਨੁਸਾਰ ਆਉਣ ਜਿਹਦਾ ਹੁਕਮ ਇਜ਼ਰਾਇਲ ਦੇ ਪਰਮੇਸ਼ਰ ਯਹੋਵਾ ਨੇ ਉਹਨਾਂ ਦੇ ਪਿਤਾ ਹਾਰੂਨ ਦੇ ਰਾਹੀਂ ਦਿੱਤਾ ਸੀ ਵਾਓ ਕਿੰਨੀਆਂ ਸਦੀਆਂ ਪਹਿਲਾਂ ਤਕਰੀਬਨ 4000 ਸਾਲ ਪਹਿਲਾਂ ਦੀ ਗੱਲ ਹੈਗੀ ਆ ਲਾਰੋ ਤੁਸੀਂ ਇਹ ਤਨ ਯਾਰ ਸਾਢੇ ਤਿੰਨ ਯਾਰ ਦੇ ਨੇੜੇ ਤੇਰੇ ਜਦੋਂ ਪਰਮੇਸ਼ਰ ਨੇ ਅਰੂਣ ਥਾਈਂ ਦੀ ਉਹਨਾਂ ਦੇ ਜਿਹੜੇ ਕਹ ਲੋ ਕਿ ਬਜ਼ੁਰਗ ਸੀਗੇ ਉਹਨਾਂ ਦੀਆਂ ਡਿਊਟੀਆਂ ਵੱਡੀਆਂ ਹੋਈਆਂ ਸੀਗੀਆਂ ਸੋ ਉਸ ਡਿਊਟੀ ਦੇ ਮੁਤਾਬਿਕ ਹੀ ਉਹ ਸੇਵਾ ਕਰਦੇ ਸੀਗੇ ਜਿਹੜੀ ਜਿਹੜੀ ਡਿਊਟੀ ਲੱਗੀ ਸੀ ਉਹ ਆਪਣੀ ਡਿਊਟੀ ਬੜੀ ਵਫਾਦਾਰੀ ਨਾਲ ਨਿਭੰਦਾ ਸੀ ਤੇ ਉਹਨਾਂ ਡਿਊਟੀਆਂ ਦੇ ਸਮੇਂ ਦੇ ਵਿੱਚ ਇੱਕ ਦਿਨ ਜ਼ਕਰ ਆਯਾ ਦੀ ਡਿਊਟੀ ਆਈ ਆ ਮੰਦਰ ਦੇ ਵਿੱਚ ਜਾ ਕੇ ਪਰਮੇਸ਼ਰ ਦੀ ਸੇਵਾ ਕਰਨ ਦੀ ਜਿਸ ਤਰ੍ਹਾਂ ਬਹੁਤ ਵਾਰ ਆਪਣੀਆਂ ਡਿਊਟੀਆਂ ਲੱਗੀਆਂ ਹੋਈਆਂ ਹੈਗੀਆਂ ਨੇ ਜੋ ਆਪਾਂ ਪਰਮੇਸ਼ਰ ਦੀ ਸੇਵਾ ਕਰਦੇ ਆਂ ਕੋਈ ਪ੍ਰਾਰਥਨਾ ਕਰਦਾ ਆ ਕੋਈ ਗੀਤ ਗਾ ਰਿਹਾ ਆ ਕੋਈ ਬਾਈਬਲ ਰੀਡਿੰਗ ਕਰ ਰਿਹਾ ਆ ਕੋਈ ਤਰਜਮਾ ਕਰ ਰਿਹਾ ਆ ਕੋਈ ਪ੍ਰਚਾਰ ਕਰ ਰਿਹਾ ਆ ਕੋਈ ਕੁਰਸੀਆਂ ਲਾ ਰਿਹਾ ਆ ਕੋਈ ਸਵਾਗਤ ਕਰ ਰਿਹਾ ਆ ਕੋਈ ਫਲਾਈਰਸ ਵੰਡ ਰਿਹਾ ਆ ਕੋਈ ਸਟੱਡੀਜ਼ ਦੇ ਰਿਹਾ ਆ ਕੋਈ ਬੈਪਟਿਸਮਾ ਤਿਆਰ ਕਰ ਰਿਹਾ ਆ ਇਸ ਤਰ੍ਹਾਂ ਬਹੁਤ ਸਾਰੀਆਂ ਡਿਊਟੀਆਂ ਚਰਚ ਦੇ ਵਿੱਚ ਵੀ ਲੱਗੀਆਂ ਹੋਈਆਂ ਨੇ ਜ਼ਹਰਾਇਆ ਜਨਾ ਸੀਗਾ ਉਹ ਆਪਣੀ ਡਿਊਟੀ ਦੇ ਮਤਾਬਿਕ ਜਦੋਂ ਵੀ ਉਹਦਾ ਸਮਾਂ ਆਦਾ ਸੀਗਾ ਵੀ ਉਹਨੇ ਜਾ ਕੇ ਮੰਦਰ ਦੇ ਵਿੱਚ ਸੇਵਾ ਕਰਨੀ ਸੀ ਉਹ ਵਫਾਦਾਰੀ ਦੇ ਨਾਲ ਪਰਮੇਸ਼ਵਰ ਦੇ ਅੱਗੇ ਆਪਣੀ ਸੇਵਾ ਦੇ ਵਿੱਚ ਲੱਗਿਆ ਹੋਇਆ ਸੀਗਾ ਪਮਾ ਛੋਟੀ ਜੀ ਸੇਵਾ ਉਹਨੇ ਕਰਨੀ ਹੁੰਦੀ ਸੀ ਮੰਦਰ ਦੇ ਵਿੱਚ ਜਾਂਦਾ ਸੀ ਤੇ ਮੰਦਰ ਚੋਂ ਬਾਹਰ ਆ ਜਾਂਦਾ ਸੀਗਾ ਧੂਫ ਚੜਾ ਕੇ ਬਸ ਛੋਟੀ ਜੀ ਮਿੰਟਾਂ ਦੀ ਗੱਲ ਆ ਬਹੁਤ ਵਾਰ ਐਸ ਡਿਊਟੀ ਨਿਭਾਉਣ ਦੇ ਵਾਸਤੇ ਉਹਨਾਂ ਨੂੰ ਕਹਿੰਦੇ ਕਿ ਸਾਲ ਚ ਇੱਕ ਵਾਰੀ ਜਾਂ ਸਾਲ ਚ ਦੋ ਵਾਰੀ ਹੀ ਉਹਨਾਂ ਦੀ ਵਾਰੀ ਆਉਂਦੀ ਸੀ ਹੁਣ ਤੁਸੀਂ ਦੇਖ ਲਓ ਪਮਾ ਸਾਲ ਦੇ ਵਿੱਚ ਇੱਕ ਵਾਰੀ ਜਾਂ ਦੋ ਵਾਰੀ ਹੀ ਵਾਰੀ ਆਵੇ ਲੇਕਿਨ ਉਹ ਬੜੀ ਵਫਾਦਾਰੀ ਦੇ ਨਾਲ ਜਾ ਕੇ ਆਪਣੀ ਡਿਊਟੀ ਨਿਭਾਉਂਦਾ ਸੀ ਇੱਕ ਦਿਨ ਉਸੇ ਤਰੀਕੇ ਦੇ ਨਾਲ ਇਹ ਆਪਣੀ ਡਿਊਟੀ ਨਿਭਾਉਣ ਵਾਸਤੇ ਆਇਆ ਇਹਦਾ ਸਮਾਂ ਆਇਆ ਮੰਦਰ ਜਾਣ ਨੂੰ ਮੰਦਰ ਵਿੱਚ ਗਿਆ ਤੇ ਜਦੋਂ ਮੰਦਰ ਵਿੱਚ ਜਾਂਦਾ ਹੈ ਅੰਦਰ ਆਪਣੀ ਡਿਊਟੀ ਨਿਭਾ ਰਿਹਾ ਹੈ ਫੇਥਫੁਲੀ ਵਫਾਦਾਰੀ ਦੇ ਨਾਲ ਅਮਨ ਪਰਮੇਸ਼ਰ ਉਹਦੇ ਨਾਲ ਗੱਲ ਕਰਦਾ ਆ ਤੇ ਪਰਮੇਸ਼ਰ ਐਸੀ ਬਰਕਤ ਦੇ ਦਿੰਦਾ ਆ ਜਿਹਦੇ ਨਾਲ ਇਹ ਤੇ ਉਹਦਾ ਘਰਾਂ ਨਾਲ ਬਰਕਤ ਪ੍ਰਾਪਤ ਕਰਦੇ ਨੇ ਤੇ ਐਸਾ ਉੱਤਰ ਪੈਦਾ ਹੁੰਦਾ ਆ ਜਿਹੜਾ ਆ ਕੇ ਪ੍ਰਭੂ ਯਿਸੂ ਮਸੀਹ ਜੀ ਦੇ ਵਾਸਤੇ ਰਾਹ تیار ਕਰਦਾ ਆ ਲੋਕਾਂ ਦੇ ਦਿਲਾਂ ਨੂੰ ਤਿਆਰ ਕਰਦਾ ਆ ਤਾਂ ਕਿ ਲੋਕਾਂ ਦੇ ਦਿਲ ਖਾਲ ਹੋ ਜਾਣ ਪ੍ਰਭੂ ਯਿਸੂ ਮਸੀਹ ਜੀ ਦੇ ਵਾਸਤੇ ਤੇ ਪ੍ਰਭੂ ਯਿਸੂ ਮਸੀਹ ਨੂੰ ਸੇਵ ਕਰ ਕਰਕੇ ਮੁਕਤੀ ਪ੍ਰਾਪਤ ਕਰ ਸਕਣ ਜੋ ਸੇਵਾ ਤੁਸੀਂ ਅੱਜ ਕਰਦੇ ਹੋ ਉਹ ਸੇਵਾ ਦੇ ਥਾਂ ਲੋਕਾਂ ਦੇ ਦਿਲ ਤਿਆਰ ਹੁੰਦੇ ਨੇ ਲੋਕਾਂ ਦੇ ਮੰਗ ਤਿਆਰ ਹੁੰਦੇ ਨੇ ਜਦੋਂ ਲੋਕਾਂ ਦੇ ਦਿਲ ਲੋਕਾਂ ਦੇ ਮਨ ਲੋਕਾਂ ਦੀ ਰੂਹਾਂ ਤਿਆਰ ਹੁੰਦੀਆਂ ਨੇ ਉੱਥੇ ਲੋਕ ਪੁਰੇ ਦਰਦ ਨਾਲ ਪਰਮੇਸ਼ਰ ਉਹ ਮੈਮਾ ਦਿੰਦੇ ਨੇ ਪਰਮੇਸ਼ਰ ਜਲਾਲ ਦਿੰਦੇ ਨੇ ਤੇ ਪਰਮੇਸ਼ਰ ਦੀ ਬਰਕਤ ਪ੍ਰਾਪਤ ਕਰਦੇ ਨੇ ਮੁਕਤੀ ਪ੍ਰਾਪਤ ਕਰਦੇ ਨੇ ਤੰਦਰੁਸਤੀ ਪ੍ਰਾਪਤ ਕਰਦੇ ਨੇ ਪ੍ਰਭੂ ਇਹ ਇੱਕ ਬੰਦੇ ਦਾ ਕੰਮ ਨਹੀਂਗਾ ਇੱਥੇ ਸਾਰੇ ਮਿਲ ਕੇ ਪਰਮੇਸ਼ਰ ਦੀ ਸੇਵਾ ਕਰਾਂਗੇ ਤਾਂ ਪਹਿਪਰਾਪਤੇ ਪਰੋਂ ਪਹਿਲੇ ਨੰਬਰ ਤੇ ਰੱਬ ਦੀ ਵਡਿਆਈ ਹੋਵੇਗੀ ਦੂਸਰੇ ਨੰਬਰ ਤੇ ਚਰਚ ਤਰੱਕੀ ਕਰੇਗਾ ਲੋਕ ਬਚਾਏ ਜਾਣਗੇ ਲੋਕ ਮੁਕਤੀ ਪ੍ਰਾਪਤ ਕਰਨਗੇ ਬਧਰੂਆਂ ਨਿਕਲਣਗੀਆਂ ਚਿੰਗਿਆਈਆਂ ਪ੍ਰਾਪਤ ਹੋਣਗੇ ਤੇ ਰੱਬ ਦਾ ਨਾਮ ਉੱਚਾ ਕੀਤਾ ਜਾਵੇਗਾ ਆਪਾਂ ਅਉਪਰਾਂਗੇ ਆਪਾਂ ਲੂਕਾ ਦੇ ਵਿੱਚ ਵਾਪਸ ਜਾਵਾਂਗੇ ਸਨਤ ਲੂਕਾ ਦਾ ਪਹਿਲਾ ਚੈਪਟਰ ਦੇਖਾਂਗੇ ਉਹਦੇ ਆਪਾਂ 5 ਤੋਂ 7 ਵਰਸ ਪੜ ਚੁੱਕੇ ਆ ਲੇਕਿਨ ਆਓ ਹੁਣ ਆਪਾਂ 8ਵੇਂ ਵਰਸ ਤੋਂ ਲੈ ਕੇ 12ਵੇਂ ਵਰਸ ਦੇ ਵਿੱਚ ਪੜੀਏ ਜਿੱਥੇ ਦੇਖਾਂਗੇ ਜਦੋਂ ਜ਼ਕਰ ਆ ਮੰਦਰ ਵਿੱਚ ਜਾਂਦਾ ਆ ਕਿ ਮੰਦਰ ਵਿੱਚ ਜਿਹੜੇ ਵੱੜਦਾ ਆ ਕਿਸ ਤਰ੍ਹਾਂ ਉਹਨੂੰ ਇੱਕ ਪਰਮੇਸ਼ਰ ਵੱਲੋਂ ਸਨਿਹਾ ਪੇਜ ਜਾਂਦਾ ਆ ਹੈ ਓ ਸਨਿਹਾ ਕਿੰਨਾ ਜਬਰਦਸਤ ਸੀ ਕਪਰਿਆਪਾ ਇਸ ਇਸ ਸਵਚਨ ਤੇਤਿਆਨ ਲਾ ਕੇ ਚੰਗੀ ਤਰ੍ਹਾਂ ਆਓ ਦੇਖੀਏ ਸੰਤ ਲੂਕਾ ਪਹਿਲਾ ਚੈਪਟਰ ਉਹਦੇ 8ਵੇਂ ਵਰਸ ਤੋਂ ਲੈ ਕੇ 12ਵੇਂ ਵਰਸ ਤੱਕ ਪੜਾਂਗੇ ਪੰਜਾਬੀ ਵਿੱਚ ਜੀ ਆ ਤੇ یوں ਹੋਇਆ ਕਿ ਜਾਂ ਉਹ ਪਰਮੇਸ਼ਰ ਦੀ ਦਰਗਾਹੇ ਆਪਣੀ ਵਾਰੀ ਸਰ ਜਾਜਕ ਦਾ ਕੰਮ ਕਰਦਾ ਸੀ ਤਾਂ ਜਾਜਕਾਈ ਦੇ ਦਸਤੂਰ ਦੇ ਅਨੁਸਾਰ ਗੁਣਾ ਉਹਦੇ 9 ਦਾ ਨਿਕਲਿਆ ਬਈ ਪ੍ਰਭੂ ਦੀ ਹੈਕਲ ਵਿੱਚ ਜਾ ਕੇ ਧੂਫ ਦਿਖਾਵੇ ਅਤੇ ਧੂਪ ਦਿਖਾਉਣ ਵੇਲੇ ਲੋਕਾਂ ਦੀ ਸਾਰੀ ਸੰਗਤ ਬਾਹਰ ਪ੍ਰਾਰਥਨਾ ਕਰ ਰਹੀ ਸੀ ਤਾਂ ਉਹਨੂੰ ਪ੍ਰਭੂ ਦਾ ਇੱਕ ਦੂਤ ਧੂਪ ਦੀ ਬੇਦੀ ਦੇ ਸੱਜੇ ਪਾਸੇ ਖਲੋਤਾ ਦਿਸਿਆ ਅਤੇ ਯਕਰਿਆ ਵੇਖ ਕੇ ਘਬਰਾਇਆ ਅਤੇ ਉਹ ਉਹਨੂੰ ਡਰ ਲੱਗਾ ਇਹ ਬਈ ਜ਼ਬਰਦਸਤ ਗੱਲ ਹੈ ਜੀ ਪ੍ਰਭੂ ਤੇ ਬਣਾਓ ਜਦੋਂ ਉਹਦੀ ਵਾਰੀ ਆਈ ਅ ਅੰਦਰ ਜਾ ਕੇ ਪਰ ਸੇਵਾ ਕਰਨ ਦੀ ਕਿ వాਕਯੋ ਨੇ ਸਿਰਫ ਧੂਪ ਜਿਹੜੀ ਸੀਗੀ ਉਹੋ ਪ੍ਰੈਜ਼ੈਂਟ ਕਰਨੀ ਸੀਗੀ ਰੱਬ ਦੇ ਅੱਗੇ ਪਹਿਲਾਂ ਇਹ ਤਾਂ ਕੀਤਾ ਜਾਂਦਾ ਸੀਗਾ ਪੁਰਾਣੇ ਨੇਮ ਦੇ ਵਿੱਚ ਲੇਕਿਨ ਹੁਣ ਜਿਹੜੀਆਂ ਧੂਫਾਂ ਨੇ ਉਹ ਆਪਣੀ ਬੰਦਗੀ ਆ ਆਪਣੀ ਵਰਸ਼ਿਪ ਆ ਜਿਹੜਾ ਪਾ ਗਾ ਕੇ ਰੱਬ ਨੂੰ ਮਹਿਮਾ ਦਿੰਨੇ ਆ ਰੱਬ ਨੂੰ ਬੜਿਆਈ ਦਿੰਨੇ ਆ ਉਹ ਧੂਫ ਵੰਗੂ ਆਪਣੇ ਦੇ ਰੋਂ ਸਿੱਧਾ ਪਰਮੇਸ਼ਰ ਕੋਲ ਨੂੰ ਜਾਂਦੀ ਆ ਇਹ ਆਪਣੀ ਵਰਸ਼ਿਪ ਹੈ ਮੈਂ ਸੁਪਰਾਪਦੇ ਪਰ ਜਦੋਂ ਜ਼ਕਰਾਇਆ ਗਿਆ ਮੰਦਿਰ ਚ ਜਾ ਕੇ ਧੂਫ ਚੜਾ ਰਿਆ ਸੀਗਾ ਜਦੋਂ ਧੂਫ ਚੜਾ ਰਿਆ ਸੀਗਾ ਮੰਦਿਰ ਦੇ ਵਿੱਚ ਜਾ ਕੇ ਤੇ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਉਦੋਂ ਇੱਕ ਦੂਤ ਨੇ ਆ ਕੇ ਇਨਟਰਪਟ ਕੀਤਾ ਜਾਨੀ ਕਿ ਇੱਕ ਕੈਲੋ ਕੇ ਦੂਤ ਨੇ ਆਕੇ ਇਹਦੀ ਜਿਹੜੀ ਧੂਫ ਚੜਾਣੀ ਸੀਗੀ ਉਹ ਚੜਾ ਰਿਆ ਸੀਗਾ ਲੇਕਿਨ ਉਹਨੂੰ ਇੱਕਦਮ ਰੋਕ ਦਿੱਤਾ ਉੱਥੇ ਤੇ ਸਨਿਹਾਂ ਦਿੱਤਾ ਯਾਨੀ ਕਿ ਪਰਮੇਸ਼ਰ ਕਿਸੇ ਵੀ ਹਾਲਤ ਵਿੱਚ ਕਦੇ ਵੀ ਆਪਾਂ ਨੂੰ ਰੋਕ ਸਕਦਾ ਆ ਤੇ ਰੋਕੇ ਆਪਾਂ ਨੂੰ ਸਨਿਹਾਂ ਦੇ ਸਕਦਾ ਆ ਆਪਾਂ ਨੂੰ ਬਰਕਤ ਦੇ ਸਕਦਾ ਆ ਆਪਾਂ ਨੂੰ ਬੋਲ ਸਕਦਾ ਆ ਕਦੋਂ ਜਦੋਂ ਆਪਾਂ ਉਹਦੀ ਸੇਵਾ ਦੇ ਵਿੱਚ ਲੱਗੇ ਹੋਣੇ ਬਹੁਤ ਵਾਰ ਪਰਮੇਸ਼ਵਰ ਦਾ ਵਚਨ ਆਪਾਂ ਦੱਸਦਾ ਹੈ ਕਿ ਜਦੋਂ ਲੋਕ ਪਰਮੇਸ਼ਵਰ ਦੀ ਸੇਵਾ 'ਚ ਲੱਗੇ ਨੇ ਉਦੋਂ ਰੱਬ ਉਹਨਾਂ ਨਾਲ ਗੱਲ ਕਰਦਾ ਹੈ। ਆਮਨ। ਕਦੇ ਵੀ ਪ੍ਰਭਾਤ ਵੇਲੇ ਘਰ ਬੈਠਿਆਂ ਨੂੰ ਬਹੁਤ ਘੱਟ ਵਾਰ ਹੋਏਗਾ ਕਿ ਪਰਮੇਸ਼ਵਰ ਥੋੜੇ ਨਾਲ ਗੱਲ ਕਰੇ ਜਾਂ ਪਰਮੇਸ਼ਵਰ ਥੋੜੇ ਨਾਲ ਗੱਲਬਾਤ ਕਰੇ। ਅਕਸਰ ਪਰਮੇਸ਼ਵਰ ਉਹਨਾਂ ਨਾਲ ਗੱਲ ਕਰਦਾ ਜਿਹੜੇ ਪਰਮੇਸ਼ਵਰ ਦੀ ਸੇਵਾ 'ਚ ਲੱਗੇ ਹੋਣ। ਆਮਨ। ਜਾਂ ਜਿਹੜੇ ਉਹ ਲੋਕ ਜਿਹੜੇ ਬਿਜ਼ੀ ਲੋਕ ਹੈਗੇ ਨੇ ਉਦੋਂ ਪਰਮੇਸ਼ਵਰ ਉਹਨਾਂ ਨੂੰ ਬੁਲਾਉਂਦਾ ਆ। ਬਿਜ਼ੀਆ ਨੂੰ ਬੁਲਾਉਂਦਾ ਹੈ ਆਪਣੇ ਕੰਮ ਵਾਸਤੇ। ਜਿਹੜੀ ਉਹ ਸੇਵਾ 'ਚ ਲੱਗੇ ਉਹਨਾਂ ਨਾਲ ਗੱਲਬਾਤ ਕਰਦਾ ਜਾਂ ਲਗਾਤਾਰ ਉਹਨਾਂ ਨੂੰ ਗਾਈਡ ਕਰਦਾ ਉਹਨਾਂ ਨੂੰ ਇਨਸਟ੍ਰਕਟ ਕਰਦਾ ਉਹਨਾਂ ਨੂੰ ਲੀਡ ਕਰਦਾ ਆਮੈਂ ਸੋ ਬੜੀ ਜ਼ਬਰਦਸਤ ਗੱਲ ਹੈ ਗਿਆ ਪ੍ਰਭੂਤ ਬਣੋ ਇੱਥੇ ਜਿਹੜੀ ਆਪਾਂ ਦੇਖੀ ਹੈਗੀ ਆ ਆ ਹੁ ਆਪਾਂ ਥੋੜਾ ਕਿਤਲਾਂਗੇ 13ਵੇਂ ਵਰਸ ਤੋਂ ਲੈ ਕੇ 19ਵੇਂ ਵਰਸ ਤੱਕ ਕਰ ਆਪਾਂ ਪੜਾਂਗੇ ਸੋ ਪਰਮੇਸ਼ਰ ਰੱਬ ਕਿਸੇ ਵੀ ਸਮੇਂ ਤੁਹਾਨੂੰ ਰੋਕ ਕੇ ਸੇ ਨਹੀਂ ਹੰਦੇ ਸਕਦਾ ਲੇਕਿਨ ਹਾਂ ਤੁਸੀਂ ਪਰਮੇਸ਼ਰ ਦੀ ਸੇਵਾ ਦੇ ਵਿੱਚ ਲੱਗੇ ਹੋਵੋ ਤਾਂ ਬਹੁਤ ਵੱਡੀ ਬਰਕਤ ਆ ਤੁਸੀਂ ਰੱਬ ਦੀ ਆਵਾਜ਼ ਸੁਣੋਗੇ ਰੱਬ ਦੀ ਇਨਸਟਰਕਸ਼ਨ ਸੁਣੋਗੇ ਆਪਣਾ ਗਿਆ ਬਾਗੇ 13ਵੇਂ ਵਰਸ ਸੁਲੇ ਕੇ 19ਵੇਂ ਵਰਸ ਤੇ ਕਿ ਜਾਵਾਂਗੇ ਆਪਾਂ ਦੇਖਾਂਗੇ ਕਿ ਦਸਾਇਆ ਪਰਮੇਸ਼ਰ ਦਾ ਬਚਨ ਪੰਜਾਬੀ ਵਿੱਚ ਹਾਂਜੀ ਪਰ ਦੂਤ ਨੇ ਉਹਨੂੰ ਆਖਿਆ ਹੇ ਜਕਰਾਇਆ ਨਾ ਡਰ ਕਿਉਂ ਜੋ ਤੇਰੀ ਬੇਨਤੀ ਸੁਣੀ ਗਈ ਹੈ ਵਾਓ اے ਹੈ ਜਕਰਾਇ ਨਾ ਡਰ ਇਹਨਾਂ ਨੂੰ ਦੂਤਾਂ ਨੂੰ ਪਤਾ ਹੁੰਦਾ ਵੀ ਇਨਸਾਨ ਨੇ ਨਾਰਮਲੀ ਮੈਨੂੰ ਦੇਖ ਕੇ ਜਾਏ ਆਈ ਮੀਨ ਐਂਜਲ ਨੂੰ ਦੇਖ ਕੇ ਇਨਸਾਨ ਡਰ ਜਾਣਾ ਹੈ ਤਾਂ ਹੀ ਐਂਜਲ ਅੰਦੇਸਾਰ ਪਹਿਲਾਂ ਹੀ ਕਹਿੰਦੇ ਹੁੰਦੇ ਸੀਗੇ ਜਕਰਾਇ ਨਾ ਡਰ ਡਰਨਾ ਡੋਨਟ ਵਰੀ ਟਿਕਟ ਇਜ਼ ਸੀ ਭਈਆਂ ਐਂਜਲੀਆਂ ਹੈ ਤੇ ਕਹਿੰਦਾ ਤੇਰੀ ਦੁਆ ਸੁਣੀ ਗਈ ਹੈ ਕਿੰਨੇ ਸਾਲ ਬਾਅਦ ਬਜ਼ੁਰਗੋ ਕਿਸੇ ਵਿਚਾਰੇ ਹੈ ਲੇਕਿਨ ਫੇਰ ਵੀ ਉਹਨਾਂ ਦੀ ਦੁਆ ਸੁਣੀ ਗਈ ਆ ਖਿਰਚ ਜਾ ਕੇ ਅਮਨ ਲੇਕਿਨ ਇਹ ਜਗਾਣਾ ਫਲਾਂਟੀ ਰਿਟਾਇਰ ਬੈਠਾ ਸੀ ਆ ਕਿਉਂਕਿ ਕਹਿੰਦਾ ਸੀ ਹੁਣ ਤਾਂ ਮਤਲਬ ਕਿ ਸਾਡੀ ਇਹ ਕਮਜ਼ੋਰੀ ਸਾਡੀ ਇਹ ਮੁਸ਼ਕਲ ਸਾਡੀ ਇਹ ਤਕਲੀਫ ਹੁਣ ਤਾਂ ਅੰਤ ਟਿਕਰੀ ਜਾਊਗੀ ਅਸੀਂ ਕਿੱਦਾਂ ਪ੍ਰਭੂ ਦੀ ਸੇਵਾ ਕਰ ਸਕਦੇ ਆ ਹੁਣ ਕਿੱਥੇ ਸਾਡੀ ਰੱਬ ਦੀ ਆਵਾਜ਼ ਸੁਣਮ ਵੱਲ ਕਿ ਨਹੀਂ ਰੱਬ ਨੇ ਉਹਦੀ ਆਵਾਜ਼ ਸੁਣੀ ਤੇ ਰੱਬ ਨੇ ਇਹਨਾਂ ਨੂੰ ਬਰਕਤ ਦਿੱਤੀ ਤੇ ਇਹਨਾਂ ਥਾਈਂ ਦੀ ਦੇਖੋ ਇੱਕ ਐਸੇ ਇਨਸਾਨ ਥਾਈਂ ਦੀ ਜਿਹੜੇ ਕਮਜ਼ੋਰੀ ਦੇ ਵਿੱਚੋਂ ਨਿਕਿਆ ਰਿਆ ਸੀਗਾ ਪਰਮੇਸ਼ਰ ਨੇ ਇੱਕ ਐਸਾ ਪੁੱਤਰ ਦਿੱਤਾ ਜਿਨੇ ਰਾਹ ਤਿਆਰ ਕੀਤਾ ਪ੍ਰਭੂ ਯੂਸਮਸੀ ਜਾ ਜਿਹਰੇ ਥਾਈਂ ਦੀ ਦੁਨੀਆ ਬਚਾਈ ਗਈ ਆ ਵਾਓ ਪਰ ਵਿੱਚ ਤੁਹਾਡੀਆਂ ਕਮਜ਼ੋਰੀਆਂ ਦੇ ਵਿੱਚ ਵੀ ਤੁਹਾਨੂੰ ਯੂਜ਼ ਕਰ ਸਕਦਾ ਹੈ ਆ ਆਪਣੀ ਮਹਿਮਾ ਦੇ ਵਾਸਤੇ ਤਾਂ ਕਿ ਲੋਕ ਵਿਚਾਈ ਜਾ ਸਕਣ ਯਮਨ ਪਰਾਂ ਗਿਆ ਪਾ ਹਾਂਜੀ ਗਹਾਂ ਅਰ ਤੇਰੀ ਪਤਨੀ ਐ ਲੇਜ਼ਵਤ ਤੇਰੇ ਲਈ ਇੱਕ ਪੁੱਤਰ ਜਣੇਗੀ ਅਤੇ ਤੂੰ ਉਹਦਾ ਨਾਂ ਯੋਹਨਨਾ ਰੱਖਣਾ ਅਰ ਤੈਨੂੰ ਖੁਸ਼ੀ ਅਤੇ ਆਨੰਦ ਹੋਵੇਗਾ ਅਰ ਬਥੇਰੇ ਉਹਦੇ ਜੰਮਣ ਤੋਂ ਖੁਸ਼ ਹੋਣਗੇ ਕਿਉਂਕਿ ਉਹ ਪ੍ਰਭੂ ਦੇ ਸਨਮੁਖ ਵੱਡਾ ਹੋਵੇਗਾ ਵੱਡਾ ਹੋਵੇਗਾ ਵਾਓ ਪਰਮੇਸ਼ਰ ਦੇ ਵਚਨ ਚ ਜਹਨਨਾਵਰੀ ਲਿਖਿਆ ਕਿ ਜਹਨਨਾ ਜਿਹੜਾ ਸੀਗਾ ਉਹ ਵੱਡਾ ਹੋਵੇਗਾ ਇੱਕ ਵੱਡਾ ਨਬੀ ਹੋਵੇਗਾ ਇਥੇ ਦੇਖੇ ਪ੍ਰਭੂ ਯਿਸੂ ਮਸੀਹ ਜੀ ਨੇ ਵੀ ਆਖਿਆ ਸੀਗਾ ਕਿ ਪੁਰਾਣੇ ਨੇਮ ਦੇ ਵਿੱਚ ਕੋਈ ਐਦਾਂ ਦਾ ਨਬੀ ਨਹੀਂ ਹੋਇਆ ਇੰਨਾ ਵੱਡਾ ਜਿੰਨਾ ਜਹਨਨਾ ਹੋਇਆ ਹੁਣ ਜੇ ਦੇਖਿਆ ਜਾਵੇ ਜਹਨਨਾ ਨੇ ਕੋਈ ਵੀ ਮਿਰਕਲਸ ਨਹੀਂ ਕੀਤੇ ਜਹਨਨਾ ਨੇ ਕੋਈ ਵੀ ਹੀਲਿੰਗਸ ਨਹੀਂ ਕੀਤੀਆਂ ਜਹਨਨਾ ਨੇ ਕੋਈ ਵੀ ਡਿਲੀਵਰਸ ਨਹੀਂ ਕੀਤੀ ਕੋਈ ਭੂਤਾਂ ਪ੍ਰੇਤਾਂ ਨਹੀਂ ਕੱਢੀਆਂ ਲੇਕਿਨ ਪ੍ਰਭੂ ਤੇ ਪਰਮ ਜਹਨਨਾ ਦੀ ਦੁਆ ਨੇ ਲੋਕਾਂ ਦੇ ਦਿਲਾਂ ਨੂੰ ਪਰਲਾਹ ਦਿੱਤਾ ਸੀਗਾ ਲੋਕ ਦੂਰੋਂ ਦੂਰੋਂ ਆ ਕੇ ਤੋਬਾ ਕਰਦੇ ਸੀਗੇ ਤੇ ਪਾਣੀ ਦੇ ਬਪਟਿਸਮਾ ਲੈਂਦੇ ਸੀਗੇ ਤੇ ਆਪਣਾ ਦਿਲ ਤਿਆਰ ਕਰਦੇ ਸੀਗੇ ਰੱਬ ਦੇ ਵਾਸਤੇ ਤੇ ਪ੍ਰਭੂ ਯਿਸੂ ਮਸੀਹ ਜੀ ਆਇਓ ਤੋਬਾ ਤੇ ਲੋਕਾਂ ਨੇ ਪ੍ਰਭੂ ਨੂੰ ਸਵੀਕਾਰ ਕੀਤਾ ਆਮਨ ਸੋ ਪ੍ਰਭੂ ਤੇ ਮਨ ਕੋਈ ਵੱਡਾ ਕਦਮ ਕੋਈ ਗਿਰਿਆ ਜਾਂਦਾ ਆ ਤਾਂ ਨਹੀਂ ਜਿਹੜੇ ਉਹ ਕੰਮ ਉਹ ਕਰਦਾ ਆ ਉਹ ਵੱਡਾ ਉਹਦੋਂ ਗਿਰਿਆ ਨਹੀਂਦਾ ਜੋ ਉਹ ਹੈ ਜੋ ਤੁਸੀਂ ਅੰਦਰੋਂ ਉਹਦੇ ਕਰਕੇ ਜਿਹੜੀ ਤੁਹਾਡੀ ਪਰਸਨੈਲਿਟੀ ਆ ਜਿਹੜੀ ਤੁਹਾਡਾ ਕਰੈਕਟਰ ਆ ਜਿਹੜਾ ਤੁਹਾਡੀ ਇੰਟੈਗ੍ਰਿਟੀ ਆ ਜਿਹੜਾ ਜਿਹੜਾ ਤੁਹਾਡਾ ਲੋਇਲਟੀ ਆ ਤੁਹਾਡੀ ਪਰਮੇਸ਼ੁਰ ਦੇ ਨਾਲ ਹਮ ਪਰਮੇਸ਼ੁਰ ਦੇ ਨਾਲ ਰਾਸਤ ਬਾਜੀ ਰੱਖਣੀ ਆਮਨ ਪਰਮੇਸ਼ੁਰ ਦੇ ਰਾਹ ਤੇ ਚੱਲਣਾ ਤੁਹਾਡੀ ਆਗਿਆਕਾਰੀ ਤੁਹਾਡੀ ਪਵਿੱਤਰਤਾ ਇਹ ਤੋਂ ਪਰਬਤੇ ਪਰੋਂ ਇਨਸਾਨ ਵੱਡਾ ਗਿਆ ਜਾਂਦਾ ਆ ਕੰਮਾਂ ਤੋਂ ਨਹੀਂ ਮੈਂ ਕੰਮ ਤਾਂ ਪਵਿੱਤਰ ਆਤਮਾ ਨੇ ਕਰਨੇ ਨੇ ਤੂੰ ਸੋਨੂੰ ਐਜ਼ ਅ ਪਵਿੱਤਰ ਆਤਮਾ ਤੂੰ ਐਜ਼ ਅ ਇਨਸਟਰੂਮੈਂਟ ਯੂਜ਼ ਕਰ ਰਿਹਾ ਹੈ ਤੂੰ ਐਜ਼ ਅ ਵੈਸਲ ਯੂਜ਼ ਕਰ ਰਿਹਾ ਕਿਸੇ ਨੂੰ ਯੂਜ਼ ਕਰ ਸਕਦਾ ਮਿਰਕਲਸ ਕਰਨ ਦੇ ਵਾਸਤੇ ਕਿਸੇ ਨੂੰ ਯੂਜ਼ ਕਰ ਸਕਦਾ ਮੁਰਦੇ ਚੋਂ ਦੇ ਕਰਨ ਵਾਸਤੇ ਕਿਸੇ ਨੂੰ ਯੂਜ਼ ਕਰ ਸਕਦਾ ਵੱਡੇ ਵੱਡੇ ਪਹਾੜਾ ਨੂੰ ਇਧਰੋਂ ਤੋਂ ਉਧਰ ਕਰਨ ਵਾਸਤੇ ਪਾਣੀਆਂ ਦੇ ਵਿੱਚ ਪਾਉਣ ਵਾਸਤੇ ਕੁਝ ਵੀ ਕਰ ਸਕਦਾ ਹੁਣ ਉਹਦਾ ਰਿਵਾਰਡ ਜਿਹੜਾ ਹੈ ਉਹ ਇਨਸਾਨ ਨੂੰ ਮਿਲੇਗਾ ਉਹਦਾ ਰਿਵਾਰਡ ਜਿਹੜਾ ਹੈਗਾ ਸਿਰਫ ਇਨਸਾਨ ਨੂੰ ਉਹ ਰਿਵਾਰਡ ਮਿਲੇਗਾ ਜਿਹੜਾ ਉਹਨੇ ਦਿਲੋਂ ਕੀਤਾ ਦਾ ਹੀ ਤਬ ਜਨਾਹਦਾ ਆ ਕਿ ਪਰਮੇਸ਼ਰ ਰਚਨ ਕਹਿੰਦਾ ਵੀ ਇੱਕ ਸਮਾਂ ਆਵੇਗਾ ਕਿ ਕਿ ਲੋਕ ਮੈਨੂੰ ਕਹਿਣਗੇ ਵੀ ਪ੍ਰਭੂ ਜੀ ਅਸੀਂ ਤੇਰੇ ਨਾਮ ਦੇ ਵਿੱਚ ਭੂਤਾਂ ਕੱਢੀਆਂ ਅਸੀਂ ਤੇਰੇ ਨਾਮ ਦੇ ਵਿੱਚ ਵੱਡੇ ਵੱਡੇ ਚਮਤਕਾਰ ਕੀਤੇ ਅਸੀਂ ਤੇਰੇ ਨਾਮ 'ਚ ਆਹ ਕੀਤਾ ਉਹ ਕੀਤਾ ਮੈਂ ਉਹਨਾਂ ਨੂੰ ਕਹਾਗਾ ਬੇਤ ਦੂਰ ਹੋਇਓ ਮੈਂ ਤਾਂ ਸੁਣ ਜਾਣਦਾ ਵੀ ਨਹੀਂਗਾ ਜਾਨੀ ਕਿ ਉਹਨਾਂ ਦਾ ਦਿਲ ਜਿਹੜਾ ਸੀ ਉਹਨਾਂ ਦੀ ਜਿਹੜੀ ਜ਼ਿੰਦਗੀ ਸੀ ਉਹ ਪਰਮੇਸ਼ਰ ਦੇ ਨਾਲ ਸਹੀ ਨਹੀਂ ਸੀ ਅਮਨ ਜਿਹੜੇ ਵੀ ਆਪਾਂ ਨੂੰ ਨਾਮ ਮਿਲਣਗੇ ਬਰ ਕਿਤਾ ਮਿਲਣੀ ਆ ਉੱਪਰ ਜਾ ਕੇ ਉਹ ਤਾਂ ਮਿਲ ਨਹੀਂ ਆ ਜੇ ਆਪਾਂ ਆਗਿਆਕਾਰੀ ਹੋ ਕੇ ਪਰਮੇਸ਼ਰ ਦੇ ਬਚਨਾਂ ਤੇ ਚੱਲਾਂਗੇ ਤੇ ਇੱਕ ਪਵਿੱਤਰਤਾ ਦਾ ਜੀਵਨ ਰਸਵਾਲੀ ਦਾ ਜੀਵਨ ਬਿਤੇ ਚਰਾਂਗੇ ਅਮਨ ਸੋ ਲekin ਇੱਥੇ ਪ੍ਰਾਪਤ ਬੈਣੋ ਬੜੀ ਬਰਕਤ ਵਾਲੀ ਗੱਲ ਦਸੀ ਹੋਈ ਹੈ ਉਹਦਾ ਨਾਮ ਜਹਾਨਾ ਉਹ ਬਹੁਤ ਵੱਡਾ ਹੋਵੇਗਾ ਵਾਓ ਪਰ ਨੇਮ ਜਿਸ ਤੋਂ ਬਟ ਇਹਦੀਆਂ ਪਰੇਰਾ ਨੇ ਲੋਕਾਂ ਦੇ ਦਿਲ ਪਿਗਲਾ ਦਿੱਤੇ ਸੀਗੇ

ਉਹ ਅਜਾਹਰ ਚਲੇ ਗਿਆ ਸੀ ਉੱਥੇ ਰਹਿੰਦਾ ਸੀ ਦਿਨ ਰਾਤ ਪ੍ਰੇਰਨ ਕਰਦਾ ਸੀ ਇੰਟਰਸੈਸ਼ਨ ਕਰਦਾ ਸੀ ਨਾ ਕਿਸੇ ਨਾਲ ਲੈਣਾ ਸੀ ਨਾ ਕੋਈ ਦੇਣਾ ਸੀ ਤੇ ਲੋ ਸਾਲਾਂ ਸਾਲ ਉਹਨੇ ਆਪਣੇ ਅੰਦਰੂਭਾ ਕੇ ਪਰਮੇਸ਼ਵਰ ਦੇ ਸਾਹਮਣੇ ਦੁਆਵਾਂ ਕੀਤੀਆਂ ਤਾਂ ਕਿ ਲੋਕ ਜਿਹੜੇ ਨੇ ਆਪਣੇ ਦਿਲ ਨਰਮ ਕਰ ਲੈਣ ਤੇ ਤੋਬਾ ਕਰਨ ਇਸ ਤਰ੍ਹਾਂ ਹੀ ਹੋਇਆ ਸੀਗਾ ਉਸ ਤੋਂ ਬਾਅਦ ਪ੍ਰਭੂ ਯੂਸਫਰ ਘਟ ਹੋਏ ਅਮਨ ਤੇ ਪ੍ਰਭੂ ਲੋਕਾਂ ਦੇ ਦਿਲ ਪ੍ਰਭੂ ਦੇ ਵਾਸਤੇ ਤਿਆਰ ਸੰ ਅਮਨ ਪ੍ਰਭੂ ਯੂਸਮ ਉਸੇ ਆਪਣੇ ਮਿਸਤੀ ਕਰਕੇ ਜਾਣਦੇ ਨੇ ਪਵਿੱਤਰ ਆਤਮਾ ਆ ਜਾਂਦਾ ਹੈ ਪੈਂਟਿਕੋਸਟ ਦੇ ਦਿਨ ਸਾਰਿਆਂ ਨੇ ਪਵਿੱਤਰ ਆਤਮਾ ਨੂੰ ਸਵਿਕਾਰ ਕਰ ਲਿਆ ਤੇ ਹੁਣ ਜਗਤ ਦੇ ਯਾਰ ਲੋਕ ਪੁਛਾਏ ਗਏ ਅਪਰ ਬੁਧਾਇਆ ਕਿਸ ਤਰ੍ਹਾਂ ਲੇਕਿਨ ਦੇਖੋ ਜਕਰ ਆਇਆ ਥਾਈਂ ਦੀ ਅਮੀਨ ਛੋਟਾ ਜਾਇਜੇ ਕਮ ਛੋਟੀ ਦੀ ਸੇਵਾ ਇਡੀ ਬਡੀ ਬਰਕਤ ਲਿਆ ਸਕਦੀ ਹੈਗੀ ਤੁਹਾਡੇ ਪਰਿਵਾਰ ਦੇ ਉੱਤੇ ਤੁਹਾਡੀ ਕੌਮ ਦੇ ਉੱਤੇ ਅਮੀਨ ਜੇ ਪ੍ਰੋਟੈਸਟ ਅਗੇ ਦੇਖੋ ਕਿਉਂਕਿ ਉਹ ਪ੍ਰਭੂ ਦੇ ਸਨਮੁਖ ਵੱਡਾ ਹੋਵੇਗਾ ਅਤੇ ਨਾ ਮੈਂ ਨਾ ਮਦ ਪੀਵੇਗਾ ਅਤੇ ਆਪਣੀ ਮਾਤਾ ਦੀ ਕੁੱਖੋਂ ਹੀ ਪਵਿੱਤਰ ਆਤਮਾ ਨਾਲ ਭਰ ਜਾਵੇਗਾ ਮਾਂ ਚਾਦੀ ਕੁੱਖ ਤੋਂ ਹੀ ਪੁਜਤਰਾਤਮਾ ਨਾਲ ਭਰ ਜਾਵੇਗਾ ਜ਼ਬਰਦਸਤ ਅਮਨ ਇੱਥੇ ਜੇਕਰ ਕਿ ਪ੍ਰੋਬੂ ਯੂਸਮੋ ਸੀ ਜੀ ਜਦੋਂ ਪਾਣੀ ਦਾ ਬੈਪਟਿਸਮ ਪ੍ਰਾਪਤ ਕੀਤਾ ਸੀ ਉਦੋਂ ਪਾਣੀ ਚੋਂ ਬਾਹਰ ਨਿਕਲਦੇ ਨੇ ਉਦੋਂ ਪਵਿੱਤਰ ਆਤਮਾ ਨਾਲ ਭਰਦੇ ਨੇ ਅਮਨ ਲੇਕਿਨ ਇੱਥੇ ਜਹ ਨਾ ਲਿਖਿਆ ਆ ਕਿ ਮਾਂ ਦੀ ਕੁੱਖ ਦੇ ਵਿੱਚੋਂ ਹੀ ਪਵਿੱਤਰ ਆਤਮਾ ਨਾਲ ਭਰ ਕੇ ਨਿਕਲੇਗਾ ਤੁਹਾਨੂੰ ਪਤਾ ਹੋਵੇਗਾ ਕਿ ਜਦੋਂ ਮਰੀਮ ਐਲਿਜ਼ਾਬੈਥ ਨੂੰ ਮਿਲਣ ਵਾਸਤੇ ਜਾਂਦੀ ਹੈ ਤੇ ਜਦੋਂ ਯਾਕੀਓਨੋ ਹੈਲੋ ਕਹਿੰਦੀ ਆ ਤੇ ਉਦੋਂ ਉਹ ਬੱਚਾ ਜੋ ਐਲਿਸਾਬੈਥ ਦੀ ਕੋਖਰੇ ਵਿੱਚ ਸੀ ਜਾਣਨਾ ਜਾਣੀਗੇ ਉਹ ਉਛਲ ਪੈਂਦਾ ਆ ਤੇ ਉਸ ਸਮੇਂ ਉਹ ਰੋਦਣਾ ਪੜ ਜਾਂਦਾ ਆ ਅਮਨ ਕਿਉਂ ਕਿ ਮਾਤਾ ਮਰੀਮ ਵੀ ਗਰਭਤੀ ਸੀ ਪ੍ਰਭੂ ਯੂਸਮ ਉਸ ਸੀ ਜਿਹਦੇ ਨਾਲ ਤੇ 6 ਮਹੀਨੇ ਦੀ ਗਰਭਤੀ ਐਲਿਸਬੈਥ ਸੀ ਕਿਉਂਕਿ ਜਹਨਾ ਪ੍ਰਭੂ ਯੂਸਮ ਉਸ ਸੀ ਜੀ ਤੋ 6 ਮਹੀਨੇ ਵੱਡਾ ਸੀ ਆਮਨ ਆਪਾਂ ਕਹਿ ਸਕਦੇ ਆ ਕਿ ਉਹਨਾਂ ਦੇ ਕਜ਼ਨ ਸੀ ਇੱਕ ਤਰ੍ਹਾਂ ਦੇ ਤੇ ਉੱਥੇ ਪ੍ਰਭੂ ਤੇ ਪਰਮ ਪ੍ਰਭੂ ਯਿਸੂ ਮਸੀਹ ਜੀ ਨੇ ਕੋਕ ਤੋਂ ਕੋਕ ਦੇ ਵਿੱਚ ਮਿਨਿਸਟਰੀ ਕੀਤੀ ਤੇ ਜਹਨਨਾ ਜਣਾ ਸੀਗਾ ਉਹ ਰੂਹ ਦੇ ਵਿੱਚ ਪੜ ਜਾਂਦਾ ਹੈ ਹੂੰ ਜਿਵੇਂ ਜਸ ਹੂੰ ਤੇ ਪ੍ਰਭੂ ਤੇ ਪਰਮ ਤੁਸੀਂ ਸੋਚੋ ਮੈਂ ਪੈਦਾ ਹੁੰਦਾ ਹੈ ਇਹ ਰੂਹ ਦੇ ਵਿੱਚ ਪ੍ਰਿਆ ਹੋਇਆ ਪੈਦਾ ਹੁੰਦਾ ਹੈ ਤੇ ਜਿਨਰਲ ਦੁਆ ਮੰਗ ਕਰ ਕਰਕੇ ਇਹਨੇ ਪ੍ਰਭੂ ਯਿਸੂ ਮਸੀਹ ਜੀ ਦੇ ਵਾਸਤੇ ਰਾਤਿਆ ਕੀਤਾ ਹੁੰਦਾ ਹੈ ਹੂੰ ਅੱਗੇ ਦੇਖਾਂਗੇ ਅਤੇ ਆਪਣੀ ਮਾਦਾ ਦੀ ਕੁੱਖੋਂ ਹੀ ਪਵਿੱਤਰ ਆਤਮਾ ਨਾਲ ਭਰ ਜਾਵੇਗਾ ਅਤੇ ਇਜ਼ਰਾਇਲ ਦੀ ਔਲਾਦ ਵਿੱਚੋਂ ਬਹੁਤਿਆਂ ਨੂੰ ਉਹਨਾਂ ਦੇ ਪਰਮੇਸ਼ਰ ਵੱਲ ਮੋੜੇਗਾ ਉਹ ਉਸ ਦੇ ਅੱਗੇ ਅੱਗੇ ਏਲੀਆ ਦੇ ਆਤਮਾ ਅਰਬਲ ਨਾਲ ਚੱਲੇਗਾ ਜੋ ਪੇਵਾਂ ਦੇ ਦਿਲਾਂ ਨੂੰ ਬਾਲਕਾਂ ਦੀ ਵੱਲ ਅਤੇ ਬੇਮੁਖਾਂ ਨੂੰ ਧਰਮੀਆਂ ਦੀ ਬੁੱਧ ਦੀ ਵੱਲ ਮੋੜੇ ਬਈ ਪ੍ਰਭੂ ਦੇ ਲਈ ਸੁਧਾਰੀ ਹੋਈ ਕੌਮ ਨੂੰ ਤਿਆਰ ਕਰੇ ਤਾਂ ਜ਼ਕਰਿਆ ਨੇ ਦੂਤ ਨੂੰ ਆਖਿਆ ਮੈਂ ਕਿਕਰ ਮੰਨਾ ਕਿਉਂਕਿ ਮੈਂ ਬੁੱਢਾ ਹਾਂ ਅਤੇ ਮੇਰੀ ਪਤਨੀ ਵੱਡੀ ਉਮਰ ਦੀ ਹੋ ਗਈ ਹੈ ਦੂਤ ਨੇ ਉਹਨੂੰ ਉੱਤਰ ਦਿੱਤਾ ਮੈਂ ਜਿਬਰਾਇਲ ਹਾਂ ਜੋ ਪਰਮੇਸ਼ਰ ਦੇ ਸਨਮੁਖ ਹਾਜ਼ਰ ਰਹਿੰਦਾ ਹਾਂ ਅਤੇ ਇਸ ਲਈ ਕਲਿਆ ਹੋਇਆ ਹਾਂ ਬਈ ਤੇਰੇ ਨਾਲ ਗੱਲਾਂ ਕਰਾਂ ਅਤੇ ਇਹ ਖੁਸ਼ਖਬਰੀ ਦੀ ਖਬਰ ਸੁਣਾਵਾਂ ਆਮੇਨ ਅਪਾ ਸਤਾਰਨ ਤੱਕ ਪਹੁੰਚ ਗਿਆ ਤੇਰੋਂ ਤੱਕ ਸਤਾਰਨ ਤੱਕ ਪਹੁੰਚ ਗਿਆ ਸੋ ਹੁਣ ਆਪਾਂ ਮਲਾਕੀਆ ਚ ਜਾਵਾਂਗੇ ਉਹਦਾ ਤੀਸਰਾ ਚੈਪਟਰ ਦੇਖਾਂਗੇ ਪਹਿਲੇ ਦੋ ਵਰਸ ਪੜਾਂਗੇ ਜਿਦੇ ਵਿੱਚ ਭਵਿਕਵਾਨ ਕੀਤੇ ਗਏ ਸੀਗੇ ਮਲਾਕੀਆ ਦੇ ਵਿੱਚ ਕਿ ਪ੍ਰਭੂ ਯਿਸੂ ਪਰਮੇਸ਼ਰ ਆਪਣੇ ਸੇਵਕ ਰੂਪੇ ਜਗਾ ਜਹਨਾਂ ਦੀ ਗੱਲ ਹੋ ਰਹੀ ਹੈ ਲੇਕਿਨ ਪਰਮੇਸ਼ਰ ਦਾ ਦੂਤ ਆ ਕੇ ਉਹਨੂੰ ਦੱਸਣ ਦੇਵੇਗਾ ਤੇ ਇਸ ਤਰ੍ਹਾਂ ਜਿਹੜਾ ਜਹਨਾਂ ਹੋਵੇਗਾ ਉਹ ਰੌ ਤਿਆਰ ਕਰਨੇ ਵਾਸਤੇ ਆਵੇਗਾ ਪ੍ਰਭੂ ਯਿਸੂ مسیਜ ਦਾ ਜਾਣੀ ਕਿ ਜਨਨ ਦੇ ਵਾਸਤੇ ਵੀ ਪ੍ਰੋਫੈਸੀ ਕੀਤੀ ਵਸੀ ਬਾਈਬਲ ਦੀ ਆਖਰੀ ਕਿਤਾਬ ਦੇ ਵਿੱਚ ਪੁਰਾਣੇ ਨੇਮ ਦੇ ਵਿੱਚ ਮਲਕੀਆ ਚੈਪਟਰ 3 ਵਰਸ 1 ਐਂਡ 2 ਦੇਖਾਂਗੇ ਪੰਜਾਬੀ ਦੇ ਵਿੱਚ ਜੀ ਹਾਂ ਵੇਖੋ ਮੈਂ ਆਪਣੇ ਦੂਤ ਨੂੰ ਕੱਲ ਦਾ ਹਾਂ ਅਤੇ ਉਹ ਮੇਰੇ ਅੱਗੇ ਰਾਹ ਨੂੰ ਤਿਆਰ ਕਰੇਗਾ ਅਤੇ ਪ੍ਰਭੂ ਜੀ ਨੂੰ ਤੁਸੀਂ ਭਾੜਦੇ ਹੋ ਅਚਾਨਕ ਆਪਣੀ ਹੈਕਲ ਵਿੱਚ ਆ ਜਾਵੇਗਾ ਹਾਂ ਨੇਮ ਦਾ ਦੂਤ ਜਿਸ ਤੋਂ ਤੁਸੀਂ ਖੁਸ਼ ਹੋ ਵੇਖੋ ਉਹ ਆਉਂਦਾ ਹੈ ਸੈਨਾਵਾਂ ਦਾ ਯਹੋਵਾ ਆਖਦਾ ਹੈ ਵਾਓ ਅਮਨ ਸੋ ਪ੍ਰਭੂ ਦੇ ਬਣੋ ਜਖਰਾਇ ਜਨੂੰ ਅੰਦਰ ਆਇਆ ਤੇ ਜ਼ਕਰਾਇਆ ਅੰਦਰ ਆ ਕੇ ਉਸ ਦੂਤ ਨੂੰ ਦੇਖਦਾ ਤੇ ਦੂਤ ਕਹਿੰਦਾ ਨਾ ਡਰ ਤੇ ਦੂਤ ਕਹਿੰਦਾ ਇਹ ਜਨਨਾ ਜਰ ਆ ਇਹ ਬਹੁਤ ਵੱਡਾ ਹੋਵੇਗਾ ਤੇ ਇਹ ਲੋਕਾਂ ਦਾ ਦਿਲ ਤਿਆਰ ਕਰੇਗਾ ਤੇ ਇਹ ਮਾ ਦੇ ਖੁੱਖ ਤੋਂ ਹੀ ਇਹ ਰੂਹ ਦੇ ਨਾਲ ਭਰੇ ਹੋਇਆ ਹੋਵੇਗਾ ਅਮਨ ਸੁਦਸਿਆ ਗਿਆ ਹਜੇ ਇਹ ਜਿਹੜਾ ਜਦੋਂ ਇਹ ਜ਼ਕਰਾਇਆ ਨੂੰ ਆ ਕੇ ਦੂਤ ਦੱਸਦਾ ਆ ਤੇ ਕਹਿੰਦਾ ਆ ਦੂਤ ਵੀ ਤੇਰੀਆਂ ਦੁਆਵਾਂ ਜਿਹੜੀਆਂ ਸੁਣੀਆਂ ਗਈਆਂ ਨੇ ਵੀ ਤੂੰ ਤੁਸੀਂ ਤੂੰ ਤੇ ਤੇਰੀ ਕਾਰ ਵਾਲੀ ਇੱਕ ਬੱਚੇ ਨੂੰ ਜਨਮ ਦੇਵੋਗੇ ਤੇ ਪ੍ਰਭੂ ਤੇ ਵੇਖਣ ਲੱਗਿਆ ਗਿਆ ਉੱਥੇ ਸ਼ਾਇਦ ਜ਼ਕਰ ਆਇਆ ਦਾ ਕੋਈ ਖਾਸ ਰੈਐਕਸ਼ਨ ਨਹੀਂ ਹੋਇਆ ਆ ਉਥੇ ਮੈਨੂੰ ਨਹੀਂ ਪਤਾ ਵੀ ਇਸ ਜ਼ਕਰ ਆਏ ਨੇ ਮਤਲਬ ਕਿਦਾਂ ਰੈਐਕਟ ਕੀਤਾ ਕੀ ਐਕਸਪ੍ਰੈਸ਼ਨ ਸੀਗਾ ਜਿੱਦਾਂ ਸ਼ਾਇਦ ਦੂਤ ਨੂੰ ਲੱਗਿਆ ਵੀ ਲੈ ਵੀ ਇਹ ਬੰਦਾ ਮਤਲਬ ਬੜਾ ਵਿਸ਼ਵਾਸ ਨਹੀਂ ਕਰ ਰਿਹਾ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਇੱਕ ਦੂਤ ਮਤਾ ਮਰੀਮ ਨੂੰ ਪ੍ਰਗਟ ਹੋਈ ਸੀ ਮਾਤਾ ਮਰੀਮ ਨੇ ਜਦੋਂ ਸਾਰਾ ਕੁਝ ਸੁਨੇਹਾ ਮਾਤਾ ਮਰੀਮ ਨੇ ਅਖੀਰ ਦੇ ਵਿੱਚ ਆਹੀ ਕਿਹਾ ਸੀਗਾ ਵੀ ਮੇਰੇ ਨਾਲ ਉਂਝੀ ਹੋਵੇ ਜਿਸ ਤਰ੍ਹਾਂ ਪਰਮੇਸ਼ਰ ਚਾਹੁੰਦਾ ਹੈ। ਅਮਨ। ਮੇਰੇ ਪਰਮੇਸ਼ਰ ਦੀ ਸੇਵਕਾ ਹੀ ਦੇ ਨਾਲ ਪਰਮੇਸ਼ਰ ਦੇ ਦਾਸੀ ਦੇ ਨਾਲ ਪਰਮੇਸ਼ਰ ਦੀ ਮਰਜ਼ੀ ਪੂਰੀ ਹੋਵੇ। ਇਸ ਤਰ੍ਹਾਂ ਕਿ ਆਸੀਗਾ। ਲੇਕਿਨ ਇੱਥੇ ਜੇ ਤੁਸੀਂ ਧਿਆਨ ਦੇ ਨਾਲ ਲਿਖੋ ਤਾਂ ਦੂਤ ਆ ਕੇ ਇਨਸਟਰਕਸ਼ਨਸ ਦੇ ਰਿਹਾ ਆ ਜ਼ਕਰਾਇਆ ਨੂੰ। ਤੇ ਜ਼ਕਰਾਇਆ ਦਾ ਕੋਈ ਵੀ ਰੈਕਸ਼ਨ ਨਹੀਂਗਾ। जकराया ने हाथ चाके रब की बड़ियाई नहीं की थी। जकराया ने रब नहीं दी जकराया ने रब की जायद कार नहीं की थी। जकराया ने प्रसन्न के रब की बड़ियाई नहीं की थी। शायद जकराया उतर रह गया देखने वाली गल है कि उल्टा जरा जकरा वह दूत के ना गया दूत दे लग गया ज ਉਪਨ ਬਹੁਤ ਫਰ ਨਹੀਂ ਕਰਨੀ ਚਾਹੀਦਾ ਜਿਹੜੇ ਦੂਤ ਹੈਗੇ ਨੇ ਬੜੇ ਖਰੂਜ਼ ਹੁੰਦੇ ਨੇ ਇਨਸਟ੍ਰਿਕਟ ਹੁੰਦੇ ਨੇ ਤੇ ਉਹ ਰਬ ਦੇ ਸ੍ਰੀ ਹਾਲੇ ਕਿ ਆਂਦੇ ਨੇ ਤੇ ਉਹਨਾਂ ਨਾਲ ਸ੍ਰੀ ਹਾਲ ਸੁਣ ਲਓ ਥੈਂਕ ਯੂ ਕਰਦੇ ਉਹਨਾਂ ਨੂੰ ਕਿ ਕਹਿਦੇ ਹੋ ਵੀ ਹਾਂਜੀ ਜੋ ਪਰਮੇਸ਼ਰ ਚਾਹੁੰਦਾ ਮੇਰੀ ਜ਼ਿੰਦਗੀ ਚੋਦਾ ਹੀ ਹੋਏ ਬਹੁਤ ਬਹੁਤ ਧੰਨਵਾਦ ਹੁੰਦਾ ਤੁਸੀਂ ਮੈਨੂੰ ਇਸ ਸ੍ਰੀ ਹਾਲੇ ਕਿ ਆਏ ਹੈਗੇ ਬਸ ਜਿਆਦਾ ਗੱਲਬਾਤ ਨਹੀਂ ਕੀਤੀ ਉਹਨਾਂ ਦੇ ਨਾਲ ਹਮ ਦੇਖੋ ਤੇ ਆਨੇ ਨਾਲ ਆਪਾਂ ਅਗਲਾ ਵਾਰਸ ਦੇਖਾਂਗੇ ਅ ਵਰਸ 18 ਮਾ ਤੇ 21 ਮਾ ਵਰਸ ਦੇਖਾਂਗੇ ਆਪਾਂ ਮੇਬੀ ਸਟਾਰਟ ਆਟ ਹਾਰਾ ਉਨੀ ਤੇ ਨੋ ਵਰਸ ਸੁਪਤ ਵਾਲਾ ਦੇਖ ਲਾਂਗੇ ਜੀ ਹਾਂ ਉਸ ਦੇ ਅਗੇ ਇਲੀਆ ਦੇ ਆਤਮਾ ਅਰ ਬਲ ਨਾਲ ਚੱਲੇਗਾ ਜੋ ਪੇਮਾਂ ਦੇ ਦਿਲਾਂ ਨੂੰ ਬਾਲਕਾਂ ਦੀ ਵੱਲ ਅਤੇ ਬੇਮੁਖਾਂ ਨੂੰ ਧਰਮੀਆਂ ਦੀ ਬੁੱਧ ਦੀ ਵੱਲ ਮੋੜੇ ਬਈ ਪ੍ਰਭੂ ਦੇ ਲਈ ਸੁਧਾਰੀ ਹੋਈ ਕੌਮ ਨੂੰ ਤਿਆਰ ਕਰੇ ਤਾਂ ਜ਼ਕਰਾਇਆ ਨੇ ਦੂਤ ਨੂੰ ਆਖਿਆ ਮੈਂ ਕਿਕਰ ਮੰਨਾ ਕਿਉਂਕਿ ਮੈਂ ਬੁੱਢਾ ਹਾਂ ਦੂਤ ਨੂੰ ਕਹਿੰਦਾ ਜ਼ਕਰਾਇਆ ਮੈਂ ਕਿੱਕੇ ਮੰਗਣਾ ਦੂਤ ਨੂੰ ਕਹਿੰਦਾ ਆਈ ਡੋਨਟ ਬਿਲੀਵ ਮੈਨੂੰ ਮੰਨਦਾ ਪ੍ਰਿਯ ਅਬਿਗਾਮਿਆ ਪ੍ਰੈਂ ਮੈਂ ਨਹੀਂ ਵਿਸ਼ਵਾਸ ਕਰਦਾ ਦੂਤ ਨੂੰ ਕਹਿੰਦਾ ਮੈਂ ਨਹੀਂ ਵਿਸ਼ਵਾਸ ਕਰਦਾ ਜਾਨੀ ਕਿ ਤੁਸੀਂ ਸੋਚੋ ਪਰਬੋਤੀ ਪਰੋਂ ਇਟਾ ਬਡਾ ਰੱਬ ਇਟਾ ਬਡਾ ਪਰਮੇਸ਼ੁਰ ਹੈ ਕਲ ਦੇ ਵਿੱਚ ਆਪਣੇ ਮੈਂ ਦੂਤ ਨੂੰ ਪੇੜ ਰਾਇ ਗੈਬਰੀਅਲ ਨੂੰ ਜਿਹੜਾ ਸੁਨੇਹਾ ਲੈ ਕੇ ਆਇਆ ਤੇ ਸੁਨੇਹਾ ਲੈ ਕੇ ਆਂਦਾ ਆ ਤੇ ਜਿਹੜਾ ਜ਼ਕਰ ਆਇਆ ਸੀ ਉਹ ਕਹਿੰਦਾ ਮੈਂ ਨਹੀਂ ਮੰਦਾ ਆਈ ਡੋਟ ਬਿਲੀਵ ਇਹ ਕਿਤਾਬ ਉਹ ਜ਼ਕਰ ਆਇਆ ਸੋ ਚੋਸ ਜਾਪੇ ਦੇਖ ਲੋ ਜ਼ਕਰਾਇ ਦੀ ਕਮਜ਼ੋਰੀ ਜ਼ਕਰਾਇ ਦੀ ਕਮਜ਼ੋਰੀ ਨੇ ਜ਼ਕਰਾਇ ਨੂੰ ਹਲਾ ਕੇ ਰਖ ਦਿੱਤਾ ਸੀ ਜ਼ਕਰਾਇਆ ਦੀ ਸਿਚੁਏਸ਼ਨ ਨੇ ਜ਼ਕਰਾਇ ਨੂੰ ਹਲਾ ਕੇ ਰਖ ਦਿੱਤਾ ਸੀ ਇਥੋਂ ਜ਼ਿਕਰ ਕਰਕੇ ਇਥੋਂ ਜ਼ਿਕਰ ਕਰਕੇ ਸਮਾ ਗਿਆ ਸੀ ਕਿ ਉਹ විශ්වාසী ਨਾ ਕਰੇ ਕਿ ਰੱਬ ਅਦਭੁਤ ਕੰਮ ਕਰ ਸਕਦਾ ਹੈ ਕਿ ਰੱਬ ਵੱਡੇ ਵੱਡੇ ਕੰਮ ਕਰ ਸਕਦਾ ਹੈ ਕਿ ਰੱਬ ਮਿਰਕਲ ਕਰ ਸਕਦਾ ਹੈ ਕਿ ਰੱਬ ਉਹਨੂੰ ਇਸਤੇਮਾਲ ਕਰ ਸਕਦਾ ਹੈ ਐਸ ਸਿਚਿਉ ਦੇ ਵਿੱਚੋਂ ਵੀ ਉਹਨੂੰ ਇਸਤੇਮਾਲ ਕਰ ਸਕਦਾ ਹੈ ਪ੍ਰਭੂ ਦੀ ਪਰਮਾਤਮਾ ਇੱਥੇ ਆਪ ਨੂੰ ਇਹ ਸਨੇਹਾ ਮਿਲਦਾ ਆ ਡੋਸਨਟ ਮੈਟਰ ਇਹ ਤੁਸੀਂ ਆਨ ਆਕੋ ਪਰਬਾਸ ਜੀ ਇਹ ਦਰਦ ਦਾ ਸਮਾਂ ਚੱਲ ਰਿਹਾ ਨਹੀਂ ਜੀ ਇਹ ਰੱਬ ਦੀ ਬੁੜਾਈ ਕਰਨ ਦਾ ਸਮਾਂ ਆ ਤੁਸੀਂ ਆਨ ਆਕੋ ਕੇ ਪਾਸ ਜੀ ਇਹ ਮੁਸ਼ਕਲ ਦਾ ਸਮਾਂ ਚੱਲ ਰਿਹਾ ਨੋ ਜੀ ਇਹ ਰੱਬ ਦੀ ਬੁੜਾਈ ਕਰਨ ਦਾ ਸਮਾਂ ਆ ਤੁਸੀਂ ਆਨ ਆਕੋ ਪਾਸ ਜੀ ਇਹ ਤੰਗੀ ਦਾ ਸਮਾਂ ਚੱਲ ਰਿਹਾ ਨੋ ਜੀ ਇਹ ਰੱਬ ਦੀ ਮਹਿਮਾ ਕਰਨ ਦਾ ਸਮਾਂ ਆ ਇਹ ਨੱਚਣ ਦਾ ਸਮਾਂ ਆ ਇਹ ਗਿੱਦਾ ਪਾਣ ਦਾ ਸਮਾਂ ਆ ਇਹ ਭੰਗੜੇ ਪਾਣ ਦਾ ਸਮਾਂ ਆ ਕਿਉਂ ਕਿ ਪਰਮੇਸ਼ਰ ਨੇ ਜਗਤ ਨਾਲ ਤੇ ਆਪਣੇ ਸਾਰੇ ਦੇ ਨਾਲ ਇੰਨਾ ਪਿਆਰ ਕੀਤਾ ਕਿ ਆਪਣਾ ਇੱਕ ਲੋਤਾ ਪੁੱਤਰ ਕੁਰਬਾਨ ਕਰ ਦਿੱਤਾ ਤਾਂ ਕਿ ਆਪਔਰਿਸ਼ विश्वास करके मुक्ति प्राप्त कर लिए जशन मना समय आ रब न सारी महमा के जलाद दे का समा रबुएशन थोन इन्ना ना ला देने किसी पटरी तो उतर जाओ कि ती रबिंग रब का रब बुलावा जरा उ डाउट करना शुरू कर ल ਰਬ ਮੈਨੂੰ ਇਸਤੇਮਾਲ ਕਰ ਸਕਦਾ ਹੈ ਮੈਂ ਤਾਂ ਇੰਨਾ ਕਮਜ਼ੋਰ ਹਾਂ ਰਬ ਮੈਨੂੰ ਇਸਤੇਮਾਲ ਕਰ ਸਕਦਾ ਹੈ ਮੈਂ ਤਾਂ ਬੜੀ ਮੁਸ਼ਕਿਲ ਚੋਂ ਜਾ ਰਿਹਾ ਹਾਂ ਮੈਂ ਤਾਂ ਸੱਚ ਜੀ ਹਾਂ ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਹਾਂ ਕਿ ਕਮਜ਼ੋਰ ਘਰੇ ਮੈਂ ਤਗਣਾ ਹੈ ਯਮਨ ਆਪਣੀ ਕਮਜ਼ੋਰੀ ਤੇ ਖੰਨ ਲਾਈਏ ਆਪਣੀ ਮੁਸ਼ਕਿਲ ਤੇ ਖੰਨ ਲਾਈ ਨਾ ਲਾਈਏ ਆਪਣੀ ਸਿਚੁਏਸ਼ਨਸ ਤੇ ਖੰਨ ਲਾਈਏ ਆਪਾਂ ਆਪਣੀ ਅੱਖ ਲਾਈਏ ਉਸ ਸੱਚੇ ਪਰਮੇਸ਼ਰ ਤੇ ਉਸ ਪ੍ਰਭੂ ਯਿਸੂ ਮਸੀਹ ਤੇ ਉਸ ਰਾਜਾ ਤੇ ਰਾਜਾ ਤੇ ਪ੍ਰਭੂਆਂ ਦੇ ਪ੍ਰਭੂ ਤੇ ਜਿਹੋਵਾ ਰੋਈ ਤੇ ਉਸ ਪਰਮੇਸ਼ਰ ਤੇ ਜਿਹੜਾ ਤੇ ਤੂੰ ਦੇਖਦਾ ਉਹ ਤੈਨੂੰ ਦੇਖਦਾ ਜਿਸ ਤਰ੍ਹਾਂ ਦੀ ਸਿਚੁਏਸ਼ਨ ਤੂੰ ਜਾ ਰਿਹਾ ਆਂ ਮੁਸ਼ਕਲ ਤੋਂ ਜਾ ਰਿਹਾ ਆਂ ਪਰੇਸ਼ਾਨੀਆਂ ਤੋਂ ਜਾ ਰਿਹਾ ਆਂ ਉਹ ਰੱਬ ਤੈਨੂੰ ਦੇਖਦਾ ਤੇ ਜਿਸ ਤਰ੍ਹਾਂ ਦਾ ਤੂੰ ਹੈਂ ਜੋ ਆਪਣੇ ਦਿਲ ਦੇ ਨਾਲ ਉਹਦੇ ਕੋਲੇ ਆਵੇਂ ਤੁਹਾਨੂੰ ਉਸ ਜਾਂ ਤੂੰ ਇਸਤੇਮਾਲ ਕਰੇਗਾ ਉਹਦੀ ਮਮਾ ਦੇ ਵਾਸਤੇ ਉਹਦੇ ਜلال ਦੇ ਵਾਸਤੇ ਲੇਕਿਨ ਇੱਕ ਗੱਲ ਨੂੰ ਭੁੱਲਨੀ ਸ਼ੱਕ ਨਹੀਂ ਕਰਨੀ ਈਮਾਨ ਡਾਊਟ ਨਹੀਂ ਕਰਨਾ ਈਮਾਨ ਵਿਸ਼ਵਾਸ ਕਰਨਾ ਹੈ ਤੇ ਰੱਬ ਨੂੰ ਮਮਾ ਦੇਣੀ ਆ ਉਹਨੂੰ ਜلال ਦੇਣਾ ਹੈ ਇਹ 크리스마ਸ ਦਾ ਸਮਾਂ ਪ੍ਰਭੂ ਤੇ ਪਰਉ ਇਹ ਬੁਢਾਈ ਕਰਨ ਦਾ ਸਮਾਂ ਹੈ ਇਹ ਗੀਤ ਗਾਉਣ ਦਾ ਸਮਾਂ ਹੈ ਮੈਨੂੰ ਪਤਾ ਹੈ ਕਿ ਦੁਨੀਆਂ ਦੇ ਵਿੱਚ ਬਹੁਤ ਕੁਝ ਹੋ ਰਿਹਾ ਹੈ ਲੇਕਿਨ ਧਿਆਨ ਲਾਓ ਕਿ ਤੁਹਾਡੇ ਦਿਲ ਵਿੱਚ ਕੀ ਹੋ ਰਿਹਾ ਹੈ ਆਪਣੇ ਦਿਲ ਵਿੱਚ ਕੀ ਹੋ ਰਿਹਾ ਹੈ ਅਮਨ ਪ੍ਰਭੂ ਯਿਸੂ ਮਸੀਹ ਜੀ ਦੇ ਆਉਣ ਤੇ ਕੀ ਸਾਡਾ ਦਿਲ ਸ਼ਾਂਤ ਮਾਰ ਰਿਹਾ ਹੈ ਕੀ ਅਸੀਂ ਖੁਸ਼ ਹਾਂ ਕਿ ਪ੍ਰਭੂ ਯਿਸੂ ਜੀ ਮੁਕਤੀ ਦਾਤਾ ਬਣ ਕੇ ਇਸ ਦੁਨੀਆ ਤੇ ਆਏ ਨੇ ਸਾਨੂੰ ਬਚਾਣ ਦੇ ਵਾਸਤੇ 크ਿਸਮਸ ਆ ਰਹੀਆ ਆਪਣੇ ਦਿਲਾਂ ਨੂੰ ਤਿਆਰ ਕਰੀਏ ਕਿਦਾਂ ਖੁਸ਼ੀਆਂ ਮਨਾ ਕੇ ਅਮਨ ਖੁਸ਼ ਹੋ ਕੇ ਨੱਚ ਕੇ ਗਾ ਕੇ ਉਹਨੂੰ ਮਹਿਮਾ ਤੇ ਜਨਨ ਦੇ ਕੇ ਪ੍ਰਭੂ ਤੇ ਪਰ ਲੇਕਿਨ ਹਰਾਨੀ ਵਾਲੀ ਗੱਲ ਜ਼ਕਰ ਹੈ ਕੀ ਕਹਨਾਂ ਮੈਂ ਇਸ ਤਰ੍ਹਾਂ ਵਿਸ਼ਵਾਸ ਕਰ ਸਕਦਾ ਹਾਂ ਮੈਂ ਕਿਦਾਂ ਮੰਨ ਲਾ ਲੇਖੋ ਤੇ ਆ ਨਾਪਰਾਗਿਕ ਵਰਫੀਰ ਪਰ ਹਿਪਾਟ ਕੀ ਕਹਨਾਂ ਦੂਤ ਨੂੰ ਜੀਰ ਤਾਂ ਜ਼ਕਰਾਇਆ ਨੇ ਦੂਤ ਨੂੰ ਆਖਿਆ ਮੈਂ ਇੱਕ ਕਰ ਮੰਨਾ ਕਿਉਂਕਿ ਮੈਂ ਬੁੱਢਾ ਹਾਂ ਅਤੇ ਮੇਰੀ ਪਤਨੀ ਵੱਡੀ ਉਮਰ ਦੀ ਹੋ ਗਈ ਹੈ ਦੂਤ ਨੇ ਉਹਨੂੰ ਉਤਰ ਦਿੱਤਾ ਮੈਂ ਜਿਬਰਾਇਲ ਹਾਂ ਰਵੇ ਰਵੇ ਦੇਖੇ ਜਾਵੇ ਤਾਂ ਦਿਲ ਦਾ ਬਹੁਤ ਨਾਈਸ ਹੈ ਹੀ ਸੋ ਪੋਲਾਈਟ ਸੋਪਲੇਟ ਆਪਣੇ ਆਪ ਨੂੰ ਬੁੱਢਾ ਕਹਿ ਗਿਆ ਆਹ ਨਹੀਂ ਕਿਹਾ ਮੈਂ ਬੁੱਢਾ ਹਾਂ ਤੇ ਮੇਰੀ ਪਤਨੀ ਬੁੱਢੀ ਆ ਆਹ ਨਹੀਂ ਕਿਹਾ ਕਹਿੰਦਾ ਆ ਮੈਂ ਬੁੱਢਾ ਹਾਂ ਤੇ ਮੇਰੀ ਪਤਨੀ ਵੀ ਕਾਫੀ ਉਮਰ ਦੀ ਹੋ ਗਈ ਹੈ ਕਿੰਨਾ ਫੁਲਾਈਟ ਦਿਲ ਦਾ ਪਤਾ ਲੱਗਦਾ ਵੀ ਸਾਊ ਬੰਦਾ ਹੈ ਮੈਂ ਲੇਕਿਨ ਫਿਰ ਵੀ ਪ੍ਰਵਾਧੇ ਪੜਾਉ ਸ਼ੱਕ ਕਰ ਬੈਠਾ ਇੱਕ ਵਾਰ ਫਿਰ ਦੇਖੋ ਤੇਰਾ ਨਰਾ ਜਿ ਜੇਕਰ ਆਏ ਨੇ ਦੂਤ ਨੂੰ ਆਖਿਆ ਮੈਂ ਇਹ ਕਿਕਰ ਮੰਨਾ ਕਿਉਂਕਿ ਮੈਂ ਬੁੱਢਾ ਹਾਂ ਅਤੇ ਮੇਰੀ ਪਤਨੀ ਵੱਡੀ ਉਮਰ ਦੀ ਹੋ ਗਈ ਹੈ ਦੂਤ ਨੇ ਉਹਨੂੰ ਉੱਤਰ ਦਿੱਤਾ ਮੈਂ ਜਿਬਰਾਇਲ ਹਾਂ ਜੋ ਪਰਮੇਸ਼ਰ ਦੇ ਸਨਮੁਖ ਹਾਜ਼ਰ ਰਹਿਂਦਾ ਹਾਂ ਅਤੇ ਇਸ ਲਈ ਇਕੱਲਿਆ ਹੋਇਆ ਹਾਂ ਬਈ ਤੇਰੇ ਨਾਲ ਗੱਲਾਂ ਕਰਾਂ ਅਤੇ ਖੁਸ਼ੀ ਦੀ ਖਬਰ ਸੁਣਾਵਾਂ ਖੁਸ਼ੀ ਦੀ ਖਬਰ ਸੁਣਾਵਾਂ ਹੁਣ ਆਨ ਖੁਸ਼ੀ ਦੀ ਖਬਰ ਯੂ ਆਪੋਜ਼ ਟੂ ਗਿਵ ਗਲੋਰੀ ਟੂ ਗੋਡ ਖੁਸ਼ੀ ਦੀ ਖਬਰ ਤੁਹਾਨੂੰ ਕੋਈ ਸੁਣਾਉਂਦਾ ਆ ਤੁਸੀਂ ਕੰਗ੍ਰੈਚੁਲੇਸ਼ਨ ਕਹੋ ਖੁਸ਼ੀ ਦੀ ਖਬਰ ਤੁਹਾਨੂੰ ਸੁਣਾਉਂਦਾ ਆ ਤੁਸੀਂ ਨੱਚੋ ਤੁਸੀਂ ਹੱਸੋ ਤੁਸੀਂ ਗਾਓ ਤੁਸੀਂ ਟੱਪੋ ਤੁਸੀਂ ਰੱਬ ਨੂੰ ਮਹਿਮਾ ਦੇਵੋ ਉਹਨੂੰ ਵਧਾਈ ਕਰੋ ਤੁਸੀਂ ਡਾਊਟ ਨਾ ਕਰੋ ਤੇ ਡਾਊਟ ਕਰ ਬੈਠਿਆ ਜ ਮੁੰਡਾ ਇਹ ਡਾਊਟ ਕਰ ਬੈਠਿਆ ਸ਼ੱਕ ਕਰ ਬੈਠਿਆ ਹਾਂ ਉਹ ਦੂਦ ਦੇ ਸਾਹਮਣੇ ਅਗਰ ਉਸ ਦੇ ਕੋਲ ਨੀ ਮ ਦੂਦ ਨੇ ਉਹਨੂੰ ਉੱਤਰ ਦਿੱਤਾ ਮੈਂ ਜਿਬਰਾਇਲ ਹਾਂ ਇਹ ਪੜ ਚੁੱਕਿਆ ਬਾਅਦ ਉਹ ਅਗਲਾ ਵਾਰ ਦੇਖਾਂਗੇ ਵੀ ਮਾਂ ਬਈ ਤੇਰੇ ਨਾਲ ਗੱਲਾਂ ਕਰਾਂ ਤੇ ਇਹ ਖੁਸ਼ੀ ਦੀ ਖਬਰ ਸੁਣਾਵਾਂ ਵੇਖ ਜਿਸ ਦਿਨ ਤੀਕਰ ਇਹ ਗੱਲਾਂ ਪੂਰੀਆਂ ਨਾ ਹੋਣ ਤੂੰ ਚੁੱਪ ਰਹੇਂਗਾ ਤੇ ਬੋਲ ਨਾ ਸਕੇਂਗਾ ਇਸ ਲਈ ਜੋ ਤੈ ਇਸ ਲਈ ਜੋ ਤੈ ਮੇਰੀਆਂ ਗੱਲਾਂ ਨੂੰ ਸੱਤ ਨਾ ਮੰਨਿਆ ਜਿਹੜੀਆਂ ਆਪਣੇ ਵੇਲੇ ਸਿਰ ਪੂਰੀਆਂ ਹੋਣਗੀਆਂ ਵਾਓ ਦੂਤ ਨੇ ਚਬੇੜ ਤਾਂ ਨਹੀਂ ਮਾਰੀ ਦੂਤ ਨੇ ਐਸੀ ਗੱਲ ਕਹਿ ਮਾਰੀ ਨੌ ਮਹੀਨੇ ਬੰਦੇ ਦਾ ਬੇਲਾ ਵਿਚਾਰੇ ਉਹ ਹੀ ਨਹੀਂ ਬੋਲਦੇ ਹੈਨਾ ਨੌ ਮਹੀਨੇ ਆਵਾਜ਼ ਨਹੀਂ ਨਿਕਲੀ ਉਹਦੇ ਮੂੰਹ ਚ ਦੇਖੋ ਪ੍ਰੋਬਤ ਜੀ ਬਣੋ ਇੱਕ ਐਸੀ ਗੱਲ ਕੱਢ ਬੈਠਿਆ ਮੂੰਹ ਚੋਂ ਜਿਨੇ ਆਵਾਜ਼ ਹੀ ਬੰਦ ਕਰਦੀ ਹੈ ਇੱਕ ਐਸੀ ਗੱਲ ਕੱਢ ਬੈਠਿਆ ਮੂੰਹ ਚੋਂ ਜ਼ਕਰਯਾ ਮੂੰਹ ਚੋਂ ਕਿ ਐਸੀ ਗੱਲ ਕੱਢ ਬੈਠਿਆ ਜਿਹਦੇ ਨਾਲ ਆਵਾਜ਼ ਹੀ ਬੰਦ ਹੋ ਗਈ ਪ੍ਰੋਬਤ ਜੀ ਬਣੋ ਬੜੇ ਖਬਰਦਾਰ ਰਹੋ ਤੁਹਾਡੇ ਮੂੰਹ ਚੋਂ ਕੀ ਨਿਕਲਦਾ ਹੈ ਤੁਹਾਡੇ ਮੂੰਹ ਚੋਂ ਪ੍ਰਭੂ ਤਵੇ ਜਿਹੜੀ ਗੱਲ ਤੁਹਾਡੇ ਮੂੰਹ ਚੋਂ ਨਿਕਲਦੀ ਆ ਉਹ ਤੁਹਾਨੂੰ ਬles ਕਰੇਗੀ ਬਰਕਤ ਦੇਵੇਗੀ ਜਾਂ ਤੁਹਾਨੂੰ ਕੁਰਸ ਕਰੇਗੀ ਜੇ ਪ੍ਰਭੂ ਯਸ਼ੁਅਸੀ ਜੀ ਨੇ ਕਿਹਾ ਸੀ ਕਿ ਤੁਹਾਡੇ ਮੂੰਹ ਚੋਂ ਮਿੱਠਾ ਤੇ ਕੋਰਾ ਪਾਣੀ ਨਹੀਂ ਨਿਕਲ ਸਕਦਾ ਤੁਹਾਡੇ ਮੂੰਹ ਚੋਂ ਪ੍ਰਭੂ ਤਵੇ ਪਹਿਲਾਂ ਜੋ ਨਿਕਲ ਆਇਆ ਜੋ ਤੁਹਾਡੇ ਮੂੰਹ ਦੇ ਅੰਦਰ ਜਾਂਦਾ ਉਹ ਤੁਹਾਨੂੰ ਪਰਿਸ਼ਟ ਨਹੀਂ ਕਰਦਾ ਜੋ ਤੁਹਾਡੇ ਮੂੰਹ ਚੋਂ ਬਾਹਰ ਨਿਕਲਦਾ ਉਹ ਤੁਹਾਨੂੰ ਪਰਿਸ਼ਟ ਕਰਦਾ ਯਾਨੀ ਕਿ ਉਹ ਤੁਹਾਨੂੰ ਕੰਟਮੀਨੇਟ ਕਰੇਗਾ ਧਿਆਨ ਦੇ ਨਾਲ ਪ੍ਰਭੂ ਤਵੇ ਆਪਣੇ ਮੂੰਹ ਚੋਂ ਕੋਈ ਗਲਤ ਗੱਲ ਨਾ ਨਿਕਲੇ ਕੋਈ ਜਿਹੜੀ ਗੱਲ ਤੁਹਾਡੇ ਮੂੰਹ ਚੋਂ ਨਿਕਲਦੀ ਆ ਜਿਹੜੀ ਚੀਜ਼ ਤੁਹਾਡੇ ਮੂੰਹ ਚੋਂ ਨਿਕਲਦੀ ਆ ਉਹ ਤੁਹਾਨੂੰ ਤੇ ਤੁਹਾਡੇ ਕਰਵਾਂ ਨੂੰ ਬਰਕਤ ਲੈ ਕੇ ਆਵੇਗੀ ਆਸ਼ੀਰਵਾਦ ਲੈ ਕੇ ਆਵੇਗੀ ਏਮਨ ਲੇਕਿਨ ਜਿਹੜੀ ਗਲਤ ਗੱਲ ਤੁਹਾਡੇ ਮੂੰਹ ਚੋਂ ਨਿਕਲਦੀ ਆ ਉਹ ਤੁਹਾਨੂੰ ਕਲਸ ਕਰ ਸਕਦੀ ਆ ਤੁਹਾਡੇ ਸ਼ਬਦਾਂ ਦੇ ਵਿੱਚ ਤਾਕਤ ਆ ਜ਼ਿੰਦਗੀ ਤੇ ਮੌਤ ਤੁਹਾਡੇ ਸ਼ਬਦਾਂ ਦੇ ਵਿੱਚ ਨੇ ਤੁਸੀਂ ਆਪਣੇ ਮੂੰਹ ਚੋਂ ਚੰਗੀ ਗੱਲ ਕੱਢ ਕੇ ਜ਼ਿੰਦਗੀ ਲਾ ਸਕਦੇ ਹੋ ਤੇ ਤੁਸੀਂ ਆਪਣੇ ਮੂੰਹ ਚੋਂ ਗਲਤ ਗੱਲ ਕੱਢ ਕੇ ਮੌਤ ਨੂੰ ਵੀ ਕੂਰ-ਕੂਰ ਕਰ ਸਕਦਾ ਲੈ ਵੀ ਆ ਜਾ ਵੀ ਆ ਜਾ ਵੀ ਆ ਜਾ ਖਬਰਦਾਰ ਰਹਿਣਾ ਆਪਣੇ ਮੂੰਹ ਚੋਂ ਕੋਈ ਗਲਤ ਗੱਲ ਨਿਕਲੀ ਆਪਣੇ ਮੂੰਹ ਚੋਂ ਐਸੀ ਗੱਲ ਗਲਤ ਨਹੀਂ ਕੱਢਣੀ ਜੀਜੇ ਨਾਲ ਕੋਈ ਕਰਜ਼ਾ ਤੋ ਦੇਵਨੂਆ ਜੋ ਕੀ ਜੀ ਦੇ ਨਾਲ ਕੋਈ ਸਪੈਲ ਤੁਹਾਡੇ ਬਨਵਾ ਜਾਏ ਸਪੈਲ ਵੀ ਇੰਗਲਿਸ਼ ਦਾ ਵਰਡ ਹੈਗਾ ਯੱਕ ਮਤਲਬ ਸਪੈਲ ਦਾ ਹੈਗਾ ਆ ਕੋਈ ਕੋਈ ਜਾਦੂ ਹੋ ਜਾਵੇ ਤੁਹਾਡੇ ਉੱਤੇ ਕੋਈ ਟੂਣਾ ਹੋ ਜਾਵੇ ਤੁਹਾਡੇ ਉੱਤੇ ਤੁਸੀਂ ਆਪਣੇ ਮੁੱਛ ਕੋਈ ਗੱਲ ਕੱਢ ਕੇ ਆਪਣੇ ਆਪ ਨੂੰ ਬਣ ਸਕਦੇ ਹੋ ਆਪਣੇ ਉੱਤੇ ਕੋਈ ਕਾਲਾ ਜਾਦੂ ਕਰਾ ਸਕਦੇ ਹੋ ਕੋਈ ਬਦਰੂਆਂ ਦਾ ਚੱਕਰ ਤੁਹਾਡੇ ਉੱਤੇ ਸਪੈਲ ਥਲੇ ਆ ਜਾਊਗਾ ਤੁਸੀਂ ਗੜਸ ਥਲੇ ਆ ਜਾਊਗਾ ਤੁਸੀਂ ਤਹੀਂ ਜਿਹੜੇ ਮੂਛੋ ਸ਼ਬਦ ਨਿਕਲਦੇ ਨੇ ਉਹਨਾਂ ਨੂੰ ਕਹਿੰਦੇ ਨੇ ਸ਼ਬਦ ਦੇ ਸਪੈਲਿੰਗਸ ਦੱਸੋ ਸਪੈਲਿੰਗਸ ਦੱਸੋ ਸਪੈਲਿੰਗਸ ਜਿਹੜਾ ਵਰਡ ਆ ਉਹ ਸ਼ਬਦ ਨੂੰ ਜਦੋਂ ਤੁਸੀਂ ਬਿਆਨ ਕਰਦੇ ਹੋ ਉਹ ਉਹਦੇ ਲੈਟਰਸ ਕੀ ਨੇ ਸਪੈਲਿੰਗਸ ਕੀ ਨੇ ਉੱਥੋਂ ਨਿਕਲਿਆ ਸਪੈਲ ਜਦੋਂ ਕਿ ਜਿਹੜਾ ਵਰਡ ਤੁਹਾਡੇ ਮੂੰਹੋਂ ਨਿਕਲਦਾ ਜਿਹੜਾ ਸ਼ਬਦ ਤੁਹਾਡੇ ਮੂੰਹੋਂ ਨਿਕਲਦਾ ਉਹੋ ਸਪੈਲ ਕਰ ਸਕਦਾ ਤੁਹਾਨੂੰ ਤੁਹਾਨੂੰ ਸਪੈਲ ਥੱਲੇ ਰੱਖ ਸਕਦਾ ਤੁਹਾਨੂੰ ਕੋਰਸ ਥੱਲੇ ਰੱਖ ਸਕਦਾ ਇਹਤੇ ਬਹੁ ਬੜੀ ਗਲਤੀ ਕਰ ਲਈ ਜ਼ਖਰਾ ਆਇਆ ਨੇ ਦੂਤ ਕੰਦਾ ਨੋਮੀਨੇ ਤੂੰ ਸ਼ਰਫਤ ਲਿਆ 9 ਮਹੀਨੇ ਤੇਰੇ ਮੂੰਹ ਦੇ ਵਿੱਚ ਕੋਈ ਵਾਦ ਨਹੀਂ ਕਰੇਗੀ ਚਲੇ ਜਾਣਾ ਵਾਪਸ ਬੋਲਿਆ ਨਹੀਂ ਜਾਂਦਾ ਇੱਥੋਂ ਬੋਲੀ ਸਦਾ ਕਿ ਸਾਨੂੰ ਦੱਸ ਨਹੀਂ ਤਾਬ ਕੀ ਹੋਇਆ ਕਿ ਨਹੀਂ ਹੋਇਆ ਉਦਾਂ ਹੀ ਹੋਇਆ ਉਹ ਪਰਮੇਸ਼ਰ ਦਾ ਬਚਨ ਪੂਰਾ ਹੋਇਆ ਉਹਦੀ ਜਿਹੜੀ ਵਾਈਫ ਸੀ ਕਰ ਵਾਲੀ ਸੀ ਉਹ ਗਰਭਤੀ ਹੋ ਜਾਂਦੀ ਹੈ ਤੇ ਉਹ ਬੱਚਾ ਉਹਦੀ ਕੁੱਖ ਦੇ ਵਿੱਚ ਵਧਣਾ ਲੱਗ ਜਾਂਦਾ ਹੈ 9 ਮਹੀਨੇ ਬਾਅਦ ਤੇਰਾ ਬੱਚਾ ਪੈਦਾ ਹੁੰਦਾ ਹੈ ਤਦੋਂ ਪਹਿਲਾਂ ਐਲਿਜ਼ਾਬੈਥ ਨੂੰ ਪੁੱਛਿਆ ਜਾਂਦਾ ਵੀ ਇਹਦਾ ਨਾਮ ਕੀ ਰੱਖਣਾ ਉਹ ਸੋਚਦੀ ਸੀ ਕਿ ਲੋਕ ਸੋਚਦੇ ਸੀ ਕਿ ਇਹਦਾ ਨਾਮ ਮੇਬੀ ਜ਼ਕਰਾਇਆ ਹੀ ਰੱਖਿਆ ਜਾਵੇਗਾ ਕਿਉਂਕਿ ਆਮ ਤੌਰ ਤੇ ਉਸ ਸਮੇਂ ਪੁਰਾਣੇ ਨੇਮ ਦੇ ਵਿੱਚ ਵੀ ਨਵੇਂ ਨੇਮ ਦੇ ਵਿੱਚ ਵੀ ਬਹੁਤ ਐਗਜ਼ਾਮਪਲਸ ਨੇ ਕਿ ਆਮ ਤੌਰ ਤੇ ਪਿਤਾ ਦਾ ਨਾਮ ਹੁੰਦਾ ਉਹੀ ਪੁੱਤਰ ਦਾ ਨਾਮ ਵੀ ਰੱਖਿਆ ਜਾਂਦਾ ਹੈਗਾ ਹ ਸੋ ਉਹਦੀ ਮਾਂ ਕਹਿੰਦੀ ਐਲਿਜ਼ਾਬੈਥ ਕਹਿੰਦੀ ਵੀ ਇਹਦਾ ਨਾਮ ਜਹਾਨਾ ਰੱਖਣਾ ਤੋ ਚੱਕ ਨੇ ਇੱਕ ਦੂਜੇ ਨੂੰ ਨਾ ਵੀ ਜਹਨਮ ਕਿਦਾਂ ਨਾ ਤਾਂ ਇਹ ਦਾਦੇ ਦੇ ਨਾਮ ਸੀ ਨਾ ਪਰਦਾ ਦੇ ਦਾਦੇ ਦੇ ਨਾਮ ਸੀ ਨਾ ਪਿਓ ਦਾ ਨਾਮ ਸੀ ਜਹਨਮ ਤੁਸੀਂ ਕਿਦੋਂ ਘੱਟ ਮਾਰਿਆ ਬਈ ਹੈ ਤੇ ਇਹ ਉਹਨੂੰ ਪਤਾ ਸੀ ਕਿਉਂਕਿ ਰੱਬ ਨੇ ਉਹਦੇ ਨਾਲ ਵੀ ਗੱਲ ਕੀਤੀ ਹੋਈ ਸੀ ਹੈ ਨਾ ਤੇ ਫਿਰ ਇੱਥੇ ਜਦੋਂ ਆ ਕੇ ਇਹਨੂੰ ਪੁੱਛਿਆ ਇਹਦੇ ਜਾਨੀ ਕਿ ਵਾਈਫ ਹਸਬੰਡ ਨੂੰ ਪੁੱਛਿਆ ਜ਼ਕਰਾਇਆ ਨੂੰ ਪੁੱਛਿਆ ਵੀ ਕੀ ਨਾਮ ਰੱਖਰਾਇਆ ਦਾ ਤੇ ਪ੍ਰਭੂ ਪਰਮਣੂ ਦੇਖੋ ਪ੍ਰੋਫੈਟਾ ਵਚਨ ਕੀ ਕਹਿੰਦਾ ਆ ਤੇ ਉਸ ਸਮੇਂ ਫਿਰ ਪਹਿਲੀ ਵਾਰ ਜ਼ਕਰਾਇਆ ਜ਼ਕਰਾਇਆ ਸ਼ਾਰ ਨੇ ਨਾ ਉਸਨੂੰ ਨਾ ਦੱਸਿਆ ਕਿ ਮੈਨੂੰ ਤੁਸੀਂ ਇੱਕ 엑셀리트 لے ا کے پھڑاؤ جے نو سلیٹ لے ا کے پھڑاں دا تے زکر ہے لکھدا یا اج دا میسج ہے نا اے اج دا میسج دا جڑا تھیم ہے گا یا او مطلب میں رکھنا چاہنا ہے گا بھائی دس از ا ٹائم ٹو بلس دی لارڈ امین لیکن ایک اور ٹائٹل بھی میرے دل وچ آیا سی گا او سی گا بائبلز فرسٹ ٹیکسٹ میسج بائبل دا سب تو پہلا ٹیکسٹ میسج جے بائبل دا سب تو پہلا ایس ایم ایس ਕਿਉਂਕਿ ਇੱਥੇ ਜ਼ਕਰਾਇਆ ਜੇ ਨਸੀਗਾ ਉਹ ਸਲੇਟ ਮੰਗਦਾ ਆ ਤੇ ਉਹ ਸਲੇਟ ਮੰਗਦਾ ਨੂੰ ਸਲੇਟ ਫੜਾਇਦਾ ਸਲੇਟ ਤੇ ਲਿਖਦਾ ਆ ਕਹਿੰਦਾ ਆ ਇਹਦਾ ਨਾਮ ਜਹਨਨਾ ਰੱਖਿਆ ਜਾਵੇਗਾ ਸੈਂਡ ਜੋ ਲੁਕਰ ਦੇਗਾ ਉਹ ਵਾਓ ਵੀ ਰਣ ਦੇ ਵਾਓ ਮਮੀ ਕਹਿੰਦੀ ਜਹਨਨਾ ਰੱਖਿਆ ਜਾਵੇਗਾ ਡੈਡੀ ਕਹਿੰਦਾ ਜਹਨਨਾ ਰੱਖਿਆ ਜਾਵੇਗਾ ਓਕੇ ਜਹਨਨਾ ਹੀ ਹੋਵੇਗਾ ਪੜਾਂਗੇ ਪਰਮਿਸ਼ਨ ਦੇ ਵਿੱਚ ਲੁਕ ਚੈਪਟਰ 1 ਵਰਸ 57 ਤੋਂ ਲੈ ਕੇ 63 ਤੱਕ ਪੜਾਂਗੇ ਆਪਾਂ ਤੇ ਅੰਦਰ ਵਾਲੇ ਕੀ ਬ੍ਰਦਰ ਬਚਨ ਕੀ ਆਖਦਾ ਆ 57 ਤੋਂ ਲੈ ਕੇ 3 ਤੱਕ ਹਾਂਜੀ ਹੁਣ ਐਲਿਜ਼ਬੈਥ ਤੇ ਜਨਨ ਦਾ ਬੇੜਾ ਆ ਪੁੱਜਾ ਅਤੇ ਉਹ ਪੁੱਤਰ ਜਣੇ ਹਾਂ ਔਰ ਉਹਦੇ ਗਵਾਂਡੀਆਂ ਤੇ ਸਾਖਾਂ ਨੇ ਸੁਣ ਕੇ ਜੋ ਪ੍ਰਭੂ ਨੇ ਉਸ ਉਤੇ ਵੱਡੀ ਦਇਆ ਕੀਤੀ ਉਸਦੇ ਨਾਲ ਖੁਸ਼ੀ ਮਨਾਏ ਤਾਂ ਐਂ ਹੋਇਆ ਹਾਂ ਲੁਕਾ ਨੇ ਮਿਲ ਕੇ ਐਲਿਜ਼ਬੈਥ ਨਾਲ ਖੁਸ਼ੀ ਮਨਾਈ ਕਿਉਂਕਿ ਉਹ ਪੁੱਤਰ ਨੂੰ ਜਨਮ ਦਿੱਤਾ Hey, this is the time to rejoice. This is the time to bless the Lord. ਇਹ ਖੁਸ਼ੀ ਮਨਾਉਣ ਦਾ ਸਮਾਂ ਆ ਇਹ ਸਿੱਖਿਆ ਮਿਲਦੀ ਆ ਆਪਾਂ ਨੂੰ ਇਸ ਕਹਾਣੀ ਤੋਂ ਅੱਗੇ ਦੇਖਾਂਗੇ। ਅਰ ਉਹਦੇ ਗਵਾਂਡੀਆਂ ਤੇ ਸਾਕਾਂ ਨੇ ਸੁਣ ਕੇ ਜੋ ਪ੍ਰਭੂ ਨੇ ਉਸ ਉੱਤੇ ਵੱਡੀ ਦਇਆ ਕੀਤੀ ਉਹਦੇ ਨਾਲ ਖੁਸ਼ੀ ਮਨਾਈ ਤਾਂ ਉਹ ਰੋਇਆ ਜੋ 8ਵੇਂ ਦਿਨ ਬਾਲਕ ਦੀਆਂ ਸੁੰਨਤਾਂ ਲਈ ਆਏ ਤੇ ਆ ਉਹਦਾ ਨਾਂ ਜ਼ਕਰਾਇਆ ਰੱਖਣ ਲੱਗੇ ਜਿਹੜਾ ਉਸਦੇ ਪਿਤਾ ਦਾ ਨਾਂ ਸੀ ਪਰ ਉਹਦੀ ਮਾਤਾ ਨੇ ਅੱਗੋਂ ਆਖਿਆ ਨਹੀਂ ਪਰ ਉਹ ਯੋਹੰਨਾ ਸਦਾਵੇਗਾ ਉਹਨਾਂ ਉਸ ਨੂੰ ਕਿਹਾ ਕਿ ਤੇਰੇ ਸਾਖਾਂ ਵਿੱਚੋਂ ਕੋਈ ਨਹੀਂ ਜੋ ਇਸ ਨਾਂ ਕਰਕੇ ਸੱਦੀਦਾ ਹੈ ਤਾਂ ਉਹਨਾਂ ਨੇ ਉਹਦੇ ਪਿਤਾ ਵੱਲ ਸਹਿਨਤ ਕੀਤੀ ਜੋ ਉਹਦਾ ਕੀ ਨਾਂ ਰੱਖਣਾ ਚਾਹੁੰਦਾ ਹੈ ਅਤੇ ਉਹਨੇ ਪੱਟੀ ਮੰਗਵਾ ਕੇ ਲਿਖਿਆ ਭਈ ਉਹਦਾ ਨਾਂ ਯਹਾਨਾ ਹੈ ਤਾਂ ਸਭੋ ਹੈਰਾਨ ਰਹਿ ਗਏ ਵਾਓ ਹੈਰਾਨ ਰਹਿ ਗਏ ਸਾਰੇ ਹੁਣ ਦੇਖੋ ਪ੍ਰਭੂ ਦੇ ਪੈਨੋ ਵਰਸ 64 ਜਿਹੜਾ ਬਹੁਤ ਹੀ ਖਾਸ ਵਰਸ ਆ ਹਾਂਜੀ ਉਸੇ ਵੇਲੇ ਉਸੇ ਵੇਲੇ ਉਸੇ ਵੇਲੇ ਉਹਦਾ ਮੂੰਹ আর ਉਹਦੀ ਜੀਬ ਖੁੱਲ ਗਈ ਅਤੇ ਉਹ ਬੋਲਿਆ ਅਰ ਪਰਮੇਸ਼ਰ ਨੂੰ ਮੁਬਾਰਕ ਕਹਿਣ ਲੱਗਾ ਹਾਂ ਹੁਣ ਕਹਿਣ ਲੱਗਿਆ ਪਰਮੇਸ਼ਰ ਨੂੰ ਮੁਬਾਰਕ ਉਹ ਜੇ ਪਹਿਲਾਂ ਹੀ ਪਰਮੇਸ਼ਰ ਨੂੰ ਮੁਬਾਰਕ ਕਹਿ ਦਿੰਦਾ ਜਦੋਂ ਦੂਤਰੇ ਉਹਨਾਂ ਨਾਲ ਗੱਲ ਕੀਤੀ ਸੀ 9 ਮਹੀਨੇ ਚੋਪਰੀ ਧਾਰ ਨਹੀਂ ਪੈਣੀ ਸੀ ਪ੍ਰਭੂ ਦੇ ਪਰ ਉਹ ਉਸ ਸਮੇਂ ਤਾਂ ਸਿੱਧਾ ਦੂਤਰੇ ਕੇ ਸੁਨੇਹਾ ਦਿੱਤਾ ਵੀ ਤੂੰ ਇੱਕ ਬਾਲਕ ਆ ਰਿਹਾ ਤੁਹਾਡੇ ਘਰੇ ਤੁਸੀਂ ਦੋਨੋਂ ਜਾਨੇ ਮੀਆਂ ਬੀਬੀ ਇੱਕ ਬੱਚੇ ਨੂੰ ਪ੍ਰਾਪਤ ਕਰੋਗੇ ਬਰਕਤ ਵਾਲਾ ਹੋਵੇਗਾ ਕਹਿੰਦਾ ਇੱਕ ਦਾ ਹੋ ਸਕਦਾ ਮੈਂ ਨਹੀਂ ਮੰਨਦਾ ਲਓ ਜੀ ਸੁਣ ਲਓ ਗੱਲ ਅਮਨ ਹੁਣ ਇੱਥੇ 9 ਮਹੀਨੇ ਬਾਅਦ ਉਹਦੀ ਜਵਾਨ ਖੁੱਲੀ ਆ ਤੇ ਕਹਿੰਦੀ ਆ ਜਦੋਂ ਜਵਾਨ ਖੁੱਲੀ ਆ ਤੇ ਆਪਣੇ ਮੂੰਹ ਚੋਂ ਉਹਨੇ ਰੱਬ ਦੀ ਵਡਿਆਈ ਕੀਤੀ ਆਮਨ ਹੁਣ ਦੇਖ ਕੇ ਤਾਂ ਵਡਿਆਈ ਕਰ ਲਈ ਹੈ ਲੇਕਿਨ ਇਮਾਮ ਨੇ ਨਾਲ ਜਿਹੜਾ ਵਡਿਆਈ ਕਰਲੇ ਵਿਸ਼ਵਾਸ ਨਾਲ ਜਿਹੜਾ ਵਡਿਆਈ ਕਰਲੇ ਉਹ ਬਹੁਤ ਵੱਡੀ ਬਰਕਤ ਪ੍ਰਾਪਤ ਕਰਦਾ ਆ ਜਿਸਾ ਮਾਤਾ ਮਰੀਮ ਨੇ ਇਹ ਵਿਸ਼ਵਾਸ ਕਰਕੇ ਦੂਤ ਦੂਦੇ ਸ਼ਬਦਾਂ ਦੇ ਕਿਹਾ ਸੀ ਇਹ ਦੱਸੀਦਾ ਹਾਂ ਇੱਕ ਜੀਵ ਜੋ ਪਰਮੇਸ਼ਰ ਦੀ ਮਰਜ਼ੀ ਆ। ਸੋ ਉਸੇ ਤਰ੍ਹਾਂ ਪ੍ਰਭੂ ਜੋ ਉਸ ਸਮੇਂ ਜਿੱਗਾਂ ਆ ਕੇ ਪੈਦਾ ਹੋਈ ਸੀ, ਨਾ? ਸੋ ਪ੍ਰਭੂ ਤੇ ਪਰਮ ਗੋਡਸ ਪਰਪਸ ਅਪਨ ਆਵਰ ਲਾਈਫ ਪਰਮੇਸ਼ਰ ਦਾ ਮਕਸਦ ਜਿਹੜਾ ਆਪਣੀ ਜ਼ਿੰਦਗੀ ਦੇ ਉੱਤੇ ਹੈ ਉਹ ਹੈ ਰੱਬ ਦੀ ਬੁਰਾਈ ਕਰਨੀ, ਹੈ? ਰੱਬ ਨੂੰ ਮਹਿਮਾ ਦੇਣੀ, ਰੱਬ ਨੂੰ ਜਲਾਲ ਦੇਣਾ। ਆਪਣੀਆਂ ਮੁਸ਼ਕਲਾਂ ਦੇ ਵਿੱਚੋਂ ਨੀ ਜਾਈਏ ਤਕਲੀਫਾਂ ਦੇ ਵਿੱਚੋਂ ਨੀ ਜਾਈਏ ਲੇਕਿਨ ਸਭ ਤੋਂ ਪਹਿਲਾ ਵੱਡਾ ਮਕਸਦ ਉਹ ਹੀ ਆ ਪ੍ਰਭੂ ਤੇ ਬਣਾ। ਕੁਝ ਵੀ ਹੋ ਜਾਏ ਰੱਬ ਦੀ ਮਹਿਮਾ ਤੇ ਰੱਬ ਦਾ ਜਲਾਲ ਆਪਣੇ ਮੂੰਹ ਤੋਂ ਨਿਕਲਣਾ ਕਦੇ ਬੰਦ ਨਾ ਹੋਵੇ। ਆਮੀਨ। ਦਿਨ ਰਾਤ ਰੱਬ ਨੂੰ ਮਹਿਮਾ ਦਿੰਦੇ ਰਹੀਏ। ਦਿਨ ਰਾਤ ਉਹਦੀ ਵਡਿਆਈ ਕਰਦੇ ਰਹੀਏ। ਆਮੀਨ। ਇਹ 크ਿਸਮਸ ਦਾ ਸਮਾਂ। ਇਹ ਰੱਬ ਨੂੰ ਮਹਿਮਾ ਦੇਣ ਦਾ ਸਮਾਂ। ਇਹ ਰੱਬ ਨੂੰ ਬਲੈਸ ਕਰਨ ਦਾ ਸਮਾਂ। ਯੂਰੋਪਾ ਸੇ ਮੁਸ਼ਕਿਲਾਂ ਨੂੰ ਦੇਖ ਕੇ ਨਰਾਸ਼ ਨਾ ਹੋਵੋ ਤਕਲੀਫਾਂ ਨੂੰ ਦੇਖ ਕੇ ਨਰਾਸ਼ ਨਾ ਹੋਵੋ ਦਰਦਾਂ ਨੂੰ ਦੇਖ ਕੇ ਨਰਾਸ਼ ਨਾ ਹੋਵੋ ਅਮਨ ਇਹ ਸਭ ਟੈਂਪਰਰੀ ਨਹੀਂ ਇਹਨਾਂ ਸਾਰੀਆਂ ਚੀਜ਼ਾਂ ਤੇ ਜੁਨੀਆਂ ਚੀਜ਼ਾਂ ਧਰਤੀ ਤੇ ਹਨ ਨਾ ਉਹਨਾਂ ਸਾਰੀਆਂ ਤੇ ਐਕਸਪਾਇਰੀ ਡੇਟ ਹੈ ਤੁਸੀਂ ਕੁਝ ਵੀ ਖਰੀਦਣ ਜਾਓ ਉਹਦੇ ਤੇ ਐਕਸਪਾਇਰੀ ਡੇਟ ਲਿਖੀ ਆਏਗੀ ਅਮਨ ਲੇਕਿਨ ਪਰਮੇਸ਼ਵਰ ਦੇ ਪਿਆਰ ਦੇ ਉੱਤੇ ਕੋਈ ਐਕਸਪਾਇਰੀ ਡੇਟ ਨਹੀਂ ਗਈ ਪਰਮੇਸ਼ਰ ਦੀ ਮੁਕਤੀ ਦੇ ਉੱਤੇ ਕੋਈ ਐਕਸਪਾਇਰੀ ਡੇਟ ਨਹੀਂ ਗਈ ਪਰਮੇਸ਼ਰ ਦੀਆਂ ਬਰਕਤਾਂ ਤੋਂ ਉੱਤੇ ਐਕਸਪਾਇਰੀ ਡੇਟ ਨਹੀਂ ਗਈ ਹੂੰ ਪਰ ਉਹ ਤਾਂ ਰੱਬ ਨੂੰ ਲਗਾਤਾਰ ਮਮਤਾਈਏ 크리스마ਸ ਆ ਰਹੀ ਹੈ ਆਓ ਸਾਰਾ ਕੁਝ ਪਾਸੇ ਕਰਕੇ ਰੱਬ ਦੀ ਵਡਿਆਈ ਕਰੀਏ ਉਹਨੂੰ ਜلال ਦੇਈਏ ਉਹਨੂੰ ਇੱਜ਼ਤ ਦੇਈਏ ਉਹਨੂੰ ਮਾਨ ਦੇਈਏ ਪੂਰੇ ਦਿਲੋਂ ਇਹ ਪਰਮੇਸ਼ਰ ਜਾਂਦਾ ਹੈ ਆਪਣੇ ਸਾਰਿਆਂ ਦੀ ਜ਼ਿੰਦਗੀ ਹਾਂ ਤੋਂ ਤੇ ਪਰਮੇਸ਼ਰ ਦਾ ਮਕਸਦ ਹੈ ਪਰਪਸ ਆਪਣੇ ਸਾਰੇ ਦੇ ਵਾਸਤੇ ਕਿ ਪ੍ਰਭੂ ਤੁਹਾਨੂੰ ਸਭ ਨੂੰ ਬਹੁਤ ਬਰਕਤ ਦੇਵੇ ਆਓ ਜਿੱਥੇ ਵੀ ਅੱਬਾ ਬੈਠੇ ਹੈਗੇ ਆਪਣੇ ਘਰਾਂ ਦੇ ਵਿੱਚ ਖੜੇ ਹੋ ਕੇ ਹੱਥ ਚੁੱਕ ਕੇ ਜਾਂ ਤੁਸੀਂ ਬੈਠੇ ਬੈਠੇ ਹੀ ਹੱਥ ਚੁੱਕ ਕੇ ਪਰਮੇਸ਼ਰ ਰੂਹ ਨੂੰ ਮਹਿਮਾ ਦਈਏ ਪਰਮੇਸ਼ਰ ਪਿਤਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਤੁਹਾਡੀ ਹਜ਼ੂਰੀ ਚ ਆਨੇ ਆ ਜਾਣ ਜਾਣ ਚ ਜੋ ਵੀ ਸਤੋਂ ਗਲਤੀਆਂ ਭੁੱਲਾ ਪਾਪ ਗੁਨਾਹ ਹੋ ਗਏ ਉਹਨਾਂ ਸਨੂੰ ਸ਼ਮਾ ਕਰਨਾ ਤੇ ਆਪਣੇ ਪਵਿੱਤਰ ਲਹੂ ਦੇ ਨਾਲ ਤੁਹਾਨੂੰ ਸਾਫ਼ ਕਰਨਾ ਪ੍ਰਭੂ ਜੀ ਬਹੁਤ ਵਾਰ ਅਸੀਂ ਆਪਣੀਆਂ ਮੁਸ਼ਕਲਾਂ ਨੂੰ ਆਪਣੀਆਂ ਸਿਚੁਏਸ਼ਨਸ ਨੂੰ ਆਪਣੀਆਂ ਦਰਦ ਨੂੰ ਜਾਂ ਪੈਂਡੈਮਿਕ ਚ ਚੱਲ ਰਿਹਾ ਆ ਇਹਨਾਂ ਚੀਜ਼ਾਂ ਨੂੰ ਪ੍ਰਭੂ ਜੀ ਅਲੋਖ ਕਰ ਦਿੰਦੇ ਆ ਕਿ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਪ੍ਰਭਾਵ ਪਾ ਸਕਣ ਤੇ ਬਹੁਤ ਵਾਰ ਪ੍ਰਭੂ ਜੀ ਅਸੀਂ ਤੁਹਾਨੂੰ ਮਹਿਮਾ ਜਨਾਲ ਨਹੀਂ ਜਿੰਦੇ ਬਹੁਤ ਵਾਰ ਅਸੀਂ ਸ਼ੱਕ ਕਰਨਾ ਸ਼ੁਰੂ ਕਰ ਦਿੰਦੇ ਆ ਡਾਊਟ ਲਿਆ ਸ਼ੁਰੂ ਕਰ ਦਿੰਦੇ ਆ ਲੇਕਿਨ ਪ੍ਰਭੂ ਜੀ ਅੱਜ ਅਸੀਂ ਸਿੱਖਿਆ ਤੁਹਾਡੇ ਉਚਨ ਦੇ ਵਿੱਚੋਂ ਜ਼ਕਰਾਈ ਜ਼ਿੰਦਗੀ ਦੇ ਵਿੱਚੋਂ ਕਿ ਕਿੰਨਾ ਜ਼ਰੂਰੀ ਹੁੰਦਾ ਕਿ ਜਦੋਂ ਅਸੀਂ ਆਪਣੇ ਮੂੰਹ ਖੋਲੀਏ ਆਪਣੇ ਸ਼ਬਦਾਂ ਨੂੰ ਨਾਪ ਕੇ ਤੋਲ ਕੇ ਆਪਣੇ ਮੂੰਹੋਂ ਨਿਕਲਦੇ ਏ ਕਿਉਂਕਿ ਪ੍ਰਭੂ ਜੀ ਉਹ ਸਪੈਲਿੰਗਸ ਜਿਹੜੇ ਸਾਡੇ ਮੂੰਹੋਂ ਨਿਕਲਦੇ ਨੇ ਉਹ ਸਪੈਲ ਲੱਗਿਆ ਸਕਦੇ ਨੇ ਜੇ ਚੰਗੇ ਤਰੀਕੇ ਨਾਲ ਨਾ ਨਿਕਲਣ ਅਸੀਂ ਦੁਆ ਕਰਦੇ ਹਾਂ ਪਰਮੇਸ਼ਰ ਪਿਤਾ ਕਿ ਅੱਜ ਤੋਂ ਬਾਅਦ ਸਾਡੇ ਭੈਣ ਭਰਾਵਾਂ ਦੇ ਮੂੰਹ ਚੋਂ ਉਹਨਾਂ ਦੇ ਸ਼ਬਦਾਂ ਚੋਂ ਜੋ ਕੁਝ ਵੀ ਨਿਕਲੇ ਉਹ ਤੁਹਾਨੂੰ ਮਹਿਮਾ ਤੇ ਤੁਹਾਨੂੰ ਜਨਾਲ ਤੇ ਤੁਹਾਨੂੰ ਇੱਜ਼ਤ ਤੇ ਤੁਹਾਨੂੰ ਮਾਨ ਦੇਵੇ ਲਗਾਤਾਰ ਪ੍ਰਭੂ ਜੀ ਮੇਰੀ ਪ੍ਰਾਰਾ ਯਿਸੂ ਮਸੀਹ ਜੀ ਦੇ ਨਾਮ ਚ ਮੰਗਦਾ ਹਾਂ ਮੈਂ ਤੁਹਾਡੇ ਤੋਂ ਅੰਮਤ ਕਰਦਾ ਹਾਂ ਕਿ ਪਰਮੇਸ਼ਰ ਪਿਤਾ ਦਾ ਪਿਆਰ ਪ੍ਰਭੂ ਯਿਸੂ ਮਸੀਹ ਜੀ ਦੀ ਮਿਹਰ ਤੇ ਕਿਰਪਾ ਪਵਿੱਤਰ ਆਤਮਾ ਦੀ ਸੰਗਤੀ ਸਭਨਾਂ ਨਾਲ misha misha Lee. merry christmas